No चेक करना जरा हां जी बच्चो इत चल रहा सही बच्चों जल्दी जी दसो आवाज आवाज आ रही है कि नहीं चेक कर दो बीस सीट ਕੇ ਮੈਂ ਆ ਗਈ ਆਵਾਜ਼ ਚਲੋ ਠੀਕ ਹੈ ਫਿਰ ਕਰਦੇ ਆ ਸਟਾਰਟ ਸਾਰੇ ਜਣੇ ਜਲਦੀ ਜੀ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਜਣੇ ਆਪਣੇ ਨਾਲ ਜੁੜ ਜਾਣ ਹਾਂਜੀ ਚਲੋ ਕਰੀਏ ਸਟਾਰਟ ਫਿਰ ਅੱਜ ਦਾ ਕੱਲ ਆਪਾਂ ਕੀ ਪੜ ਰਹੇ ਸੀ ਨਾਉਨ ਆਪਾਂ ਕੱਲ ਨਾਉਨ ਬਾਰੇ ਪੜਿਆ ਸੀ ਆਪਾਂ ਕਿਹਾ ਸੀ ਕਿ ਨਾਉਨ ਕੀ ਹੁੰਦੇ ਐ ਨਾਉਨ ਨੂੰ ਕਿਵੇਂ ਕੁਆਲੀਫਾਈ ਕੀਤਾ ਹੈ ਹਾਂਜੀ ਨਾਉਨ ਚ ਸਭ ਤੋਂ ਪਹਿਲੀ ਕੈਟਾਗਰੀ ਕੀ ਸੀਗੀ ਵਿਜ਼ੀਬਲ ਓਨਲੀ ਵਿਜ਼ੀਬਲ ਓਨਲੀ ਚ ਕੀ ਸੀਗਾ ਪਲੇਸ ਪਰਸਨ ਥਿੰਗ ਸੈਕੰਡ ਕੈਟਾਗਰੀ ਕਿਹੜੀ ਸੀਗੀ ਬੈਲ ਟੋਨਲੀ ਉਹ ਚੀਜ਼ਾਂ ਜਿਨ੍ਹਾਂ ਨੂੰ ਸਿਰਫ ਫੀਲ ਕੀਤਾ ਜਾ ਸਕਦਾ ਐਫ ਏ ਕ ਯੂ ਐਫ 4 ਐਫ 4 ਕ ਯੂ 4 ਐਕਸ 4 ਸਟੇਟ ਠੀਕ ਹੈ ਫਿਰ ਉਸ ਤੋਂ ਬਾਅਦ ਆਪਾਂ ਠਾਵੜ ਕੀ ਪੜਿਆ ਸੀ ਨਾਉਨ ਇਕਵੇਲੈਂਟ ਉਹ ਵਰਡ ਜਿਹੜੇ ਨਾਉਨ ਤਾਂ ਨਹੀਂ ਹੈ ਪਰ ਨਾਉਨ ਦੀ ਤਰ੍ਹਾਂ ਬਿਹੇਵ ਕਰਦੇ ਐ ਫੋਰਥ ਟਾਈਪ ਆਪਾਂ ਕੀ ਪੜੀ ਸੀ ਯੂਨਿਟ ਕਲੀਅਰ ਹੈ ਉਸ ਤੋਂ ਬਾਅਦ ਆਪਾਂ ਨਾਉਨ ਦੀ ਟਾਈਪਸ ਪੜੀਆਂ ਸੀ ਸਭ ਤੋਂ ਪਹਿਲੀ ਟਾਈਪ ਕੀ ਸੀਗੀ proper noun हां जी proper noun ਤੇ common noun ਚ ਕੀ ਡਿਫਰੈਂਸ ਹੁੰਦੇ proper noun ਪਾਰਟਿਕੂਲਰ ਚੀਜ਼ ਦੀ ਗੱਲ ਕਰਦਾ ਹੈ common noun ਜਨਰਲ ਚੀਜ਼ ਦੀ ਗੱਲ ਕਰਦਾ ਹੈ हां जी proper noun ਤੇ common noun ਚ ਜਿਹੜੇ ਆਰਟੀਕਲ ਲੱਗਦੇ ਆ ਦੋਨੋਂ ਚ ਆਰਟੀਕਲ ਲੱਗਦੇ ਆ ਇੱਕ ਚ ਲੱਗਦੇ ਆ हां जी proper noun ਚ ਆਰਟੀਕਲ ਆਪਾਂ ਯੂਜ਼ ਨਹੀਂ ਕਰਦੇ ਪਾਰਟਿਕੂਲਰ ਨੇਮ ਆਕ ਪਰਸਨ ਦੇ ਨਾਮ ਪਰ common noun ਚ ਆਪਾਂ ਆਰਟੀਕਲ ਯੂਜ਼ ਕਰਦੇ ਆ ਠੀਕ ਹੈ ਉਸ ਤੋਂ ਬਾਅਦ ਆਪਾਂ ਕਿਹਾ ਸੀ ਜਦੋਂ ਵੀ ਆਪਾਂ ਪਹਿਚਾਨਣਾ ਹੋਵੇ ਕਿ ਕਾਮਨ ਨਾਉਨ ਹੈ ਜਾਂ ਨਹੀਂ ਕਿਵੇਂ ਪਹਿਚਾਨਾਂਗੇ ਆਪਣੇ ਆਪ ਤੋਂ ਪੁੱਛਾਂਗੇ ਇਹ ਚੀਜ਼ ਤਾਂ ਕੋਈ ਵੀ ਹੋ ਸਕਦੀ ਹੈ ਥਰਡ ਆਪਾਂ ਕਿ ਬੜਿਆ ਸੀ ਮਟੀਰੀਅਲ ਨਾਉਨ ਹਾਂਜੀ ਮਟੀਰੀਅਲ ਨਾਉਨ ਕੀ ਹੁੰਦੀ ਹੈ ਮਟੀਰੀਅਲ ਨਾਉਨ ਕੀ ਹੁੰਦੇ ਜਿੰਦੇ ਤੋਂ ਆਪਾਂ ਦੂਸਰੇ ਸਬਸਟੈਂਸ ਬਣਾਉਂਦੇ ਆ ਜਿਵੇਂ ਕਿ 골ਡ कॉटन ਆਇਰਨ ਠੀਕ ਹੈ ਇਹ ਵਾਰੇ ਕੀ ਆਪਣੇ ਮਟੀਰੀਅਲ ਨਾਉਨ ਹਾਂਜੀ ਕਿਹੜਾ ਆਰਟੀਕਲ ਮਟੀਰੀਅਲ ਨਾਉਨ ਨਾਲ ਨਹੀਂ ਆ ਸਕਦਾ ਕਿਹੜਾ ਆਰਟੀਕਲ ਮਟੀਰੀਅਲ ਨਾਉਨ ਦੇ ਨਾਲ ਨਹੀਂ ਆ ਸਕਦਾ ਏ ਤੇ ਐਂ ਨਾਉਂ ਦੇ ਨਾਲ ਨਹੀਂ ਆ ਸਕਦਾ ਹਾਂਜੀ ਉਸ ਤੋਂ ਬਾਅਦ ਆਪਾਂ ਕੀ ਪੜਿਆ ਸੀਗਾ ਕਲੈਕਟਿਵ ਨਾਉਂ ਹਾਂਜੀ ਕਲੈਕਟਿਵ ਨਾਉਂ ਕੀ ਹੁੰਦੀ ਹੈ ਗਰੁੱਪ ਆਫ ਸਿਮਿਲਰ ਥਿੰਗਸ ਸਿਮਿਲਰ ਥਿੰਗਸ ਦੇ ਗਰੁੱਪ ਨੂੰ ਆਪਾਂ ਕੀ ਕਹਿੰਦੇ ਆ ਕਲੈਕਟਿਵ ਨਾਉਂ ਜਿਵੇਂ ਕਿ ਕਲਾਸ ਹੋ ਗਿਆ ਆਰਮੀ ਹੋ ਗਿਆ ਫੈਮਿਲੀ ਹੋ ਗਿਆ ਚਿਕਾ ਬੇਬੀ ਹੋ ਗਿਆ ਇਹਾਰੇ ਆਪਣੇ ਕੀ ਹੈ ਕਲੈਕਟਿਵ ਨਾ ਉਸ ਤੋਂ ਬਾਅਦ ਆਪਾਂ ਕੀ ਪੜਿਆ ਸੀਗਾ ਐਬਸਟ੍ਰੈਕਟ ਨਾਉਂ ਐਬਸਟ੍ਰੈਕਟ ਨਾਉਂ ਕੀ ਹੁੰਦੇ ਆ ਹਾਂਜੀ ਉੱਚ ਜਾਂ ਜਿਨ੍ਹਾਂ ਨੂੰ ਆਪਾਂ ਸਿਰਫ ਮਹਿਸੂਸ ਕਰ ਸਕਦੇ ਆ ਦੇਖ ਨਹੀਂ ਸਕਦੇ ਠੀਕ ਹੈ ਜਿਨ੍ਹਾਂ ਨੂੰ ਆਪਾਂ ਆਪਣੀ ਫਾਈਵ ਸੈਂਸਸ ਨਾਲ ਦੇਖ ਨਹੀਂ ਸਕਦੇ ਸਿਰਫ ਫੀਲ ਕਰ ਸਕਦੇ ਆ ਠੀਕ ਹੈ ਤਾਂ ਉਹਨਾਂ ਨੂੰ ਕੀ ਆਪਾਂ ਬੋਲਦੇ ਆ ਐਬਸਟ੍ਰੈਕਟ ਨਾਉਨ ਠੀਕ ਹੈ ਐਬਸਟ੍ਰੈਕਟ ਨਾਉਨ ਚ ਆਪਾਂ ਕੀ ਪੜਿਆ ਸੀਗਾ ਕਿ ਪਿੱਛੇ ਇਹਨਾਂ ਦੇ ਕੁਝ ਵਰਡਸ ਲਿਖੇ ਹੁੰਦੇ ਆ ਜਿਨ੍ਹਾਂ ਤੋਂ ਆਪਾਂ ਉਹਨਾਂ ਨੂੰ ਪਛਾਣ ਸਕਦੇ ਆ ਜਿਵੇਂ ਕਿ ਏਸ਼ੀਅਨ ਸ਼ਰਟ ਐਚ ਐਨ ਐਸ ਐਂਸ ਹਨਾ ਠੀਕ ਹੈ ਉਸ ਤੋਂ ਬਾਅਦ ਆਪਾਂ ਕੀ ਪੜਿਆ ਸੀਗਾ ਹਾਂਜੀ ਉਸ ਤੋਂ ਬਾਅਦ ਆਪਾਂ ਕਾਊਂਟੇਬਲ ਤੇ ਅਨਕਾਊਂਟੇਬਲ ਕਾਊਂਟੇਬਲ ਤੇ ਅਨਕਾਊਂਟੇਬਲ ਚ ਕੀ ਡਿਫਰੈਂਸ ਹੈਗਾ ਹਾਂਜੀ ਕਾਊਂਟੇਬਲ ਤੇ ਅਨਕਾਊਂਟੇਬਲ ਵਿੱਚ ਕੀ ਡਿਫਰੈਂਸ ਹੈ ਹਾਂਜੀ ਔਨਲਾਈਨ ਵਾਲੋ ਜਲਦੀ ਆਨਸਰ ਕਰੋ ਕਾਊਂਟੇਬਲ ਤੇ ਅਨਕਾਊਂਟੇਬਲ ਚ ਕੀ ਡਿਫਰੈਂਸ ਹੈ ਹਾਂਜੀ ਕਾਊਂਟੇਬਲ ਤੇ ਅਨਕਾਊਂਟੇਬਲ ਚ ਮੈਂ ਕਹਾਂਤੀ ਜਿੰਨੇ ਵੀ ਤੁਹਾਡੇ ਕਾਮਨ ਨਾਉਨ ਹੁੰਦੇ ਆ ਸਾਰੇ-ਸਾਰੇ ਕੀ ਹੁੰਦੇ ਆ ਕਾਊਂਟੇਬਲ ਜਿੰਨੇ ਵੀ ਤੁਹਾਡੇ ਮਟੀਰੀਅਲ ਨਾਉਨ ਪ੍ਰੋਪਰ ਨਾਉਨ ਐਬਸਟ੍ਰੈਕਟ ਨਾਉਨ ਇਹ ਸਾਰੇ-ਸਾਰੇ ਕੀ ਹੁੰਦੇ ਆ अनकाउंटेबल एक तो पहचानो और द सीसी अगर तू उसे किसी वर्ड ਦੇ ਨਾਲ एस ई एस ਲਗਾ ਸਕਦੇ ਹੋ ਤਾਂ ਉਹ ਕੀ ਹੈ ਕਾਮਨ ਨਾਉਨ ਹੈ ਕਾਉਂਟੇਬਲ ਹੈ اگر तू उसे ਕਿਸੇ ਦੇ ਨਾਲ ਐਸ ई एस ਨਹੀਂ ਲਗਾ ਸਕਦੇ ਯਾਨੀ ਕਿ ਉਹਨੂੰ ਪਲੂਰਲ ਨਹੀਂ ਬਣਾ ਸਕਦੇ दैट मींस ਉਹ ਕੀ ਹੋਏਗਾ ਅਨਕਾਉਂਟੇਬਲ ਕਲੀਅਰ ਹੈ ਇੱਥੇ ਤੱਕ हां जी ਇੱਥੇ ਤੱਕ ਸਭ ਨੂੰ ਕਲੀਅਰ ਹੈ ਗੁੱਡ ਮਾਰਨਿੰਗ ਗੁੱਡ ਆਫਟਰਨੂੰ ਸਾਰਿਆਂ ਨੂੰ ਹਾਂ ਜੀ ਜਲਦੀ ਦੱਸੋ ਇੱਥੇ ਤੱਕ ਕਲੀਅਰ ਹੈ ਤਾਂ ਫਿਰ ਅੱਗੇ ਚੱਲੀਏ ਚਲੋ ਆ ਦੇਖੋ ਜਿਨ੍ਹਾਂ ਨੂੰ ਕਾਊਂਟ ਕਰ ਸਕਦੇ ਆ ਬੱਚੇ ਮੈਂ ਕੱਲ ਵੀ ਦੱਸਿਆ ਸੀਗਾ ਕਾਊਂਟ ਅਨਕਾਊਂਟ ਦੇ ਚੱਕਰ ਚ ਫਸੋਗੇ ਤਾਂ ਕੰਮ ਖਰਾਬ ਹੋ ਜੂਗਾ ਪੇਪਰ 'ਚ ਉੱਥੇ ਇਹ ਨਹੀਂ ਦੇਖਣਾ ਕਿਹੜਾ ਕਾਊਂਟ ਹੋ ਸਕਦਾ ਹੈ ਕਿਹੜਾ ਕਾਊਂਟ ਨਹੀਂ ਹੋ ਸਕਦਾ ਤੁਸੀਂ ਇਹ ਦੇਖਣਾ ਹੈ ਕਿ ਕਿਹੜਾ ਕਾਮਨ ਨਾਉਨ ਹੈ ਜਿੰਨੇ ਵੀ ਕਾਮਨ ਨਾਉਨ ਨੇ ਸਾਰੇ-ਸਾਰੇ ਕੀ ਹੁੰਦੇ ਐ ਕਾਊਂਟੇਬਲ ਤਾਂ ਜਿੰਨੇ ਵੀ ਪ੍ਰੋਪਰ ਨਾਉਨ ਐ ਚੈਕ ਨਾਉਨ ਐ ਮਟੀਰੀਅਲ ਨਾਉਨ ਐ ਸਾਰੇ-ਸਾਰੇ ਕੀ ਹੁੰਦੇ ਐ ਅਨਕਾਊਂਟੇਬਲ ਕਲੀਅਰ ਹੈ ਹਾਂਜੀ ਸਭ ਨੂੰ ਸਮਝ ਆ ਗਿਆ ਬੱਚੇ ਪੈਡਾਗੋਜੀ ਵੀ ਕਰਵਾਵਾਂਗੀ ਦੇਖੋ ਇੰਗਲਿਸ਼ ਗ੍ਰਾਮਰ ਦਾ ਛੋਟਾ ਜਿਹਾ ਪੋਜੀਸ਼ਨ ਹੈ ਜ਼ਿਆਦਾ ਡਿਟੇਲ ਚ ਤਾਂ ਮੈਂ ਕਰਵਾਉਂਗੀ ਨਹੀਂ ਮੇਨ ਮੇਨ ਚੀਜ਼ਾਂ ਕਰਵਾਵਾਂਗੀ ਮੈਨੂੰ ਇਹ ਹੈ ਕਿ ਇੱਕ ਵਾਰੀ ਗ੍ਰਾਮਰ ਦਾ ਪੋਜੀਸ਼ਨ ਹੋ ਜਾਵੇ ਤੁਹਾਡਾ ਕੰਪਲੀਟ ਜਲਦੀ ਨਾਲ ਦੀ ਕਰਵਾ ਦਾਂਗੀ ਫਿਰ ਉਸ ਤੋਂ ਬਾਅਦ ਆਪਾਂ ਪੈਡਾਗੋਜੀ ਹੀ ਕਰਨੀ ਹੈ ਠੀਕ ਹੈ ਪੈਡਾਗੋਜੀ ਦੀ ਕਲਾਸ ਤੁਹਾਡੀ ਪੈਨਲ ਸ਼ਾਮ ਨੂੰ ਚੱਲ ਰਹੀ ਹੈ ਨਾਲ ਨਾਲ ਅਜਲ ਲੈਂਗੁਏਜ ਐਕ્ਵਿਜ਼ੀਸ਼ਨ ਐਂਡ ਲਰਨਿੰਗ ਦੇ ਕੁਐਸਚਨਸ ਕਰਵਾਵਾਂਗੀ ਐਮਸੀਕਿਊਸ ਸਵਾ 4 ਵਜੇ ਕਲਾਸ ਜ਼ਰੂਰ ਲਗਾ ਲੈਣਾ ਠੀਕ ਹੈ ਹਾਂਜੀ ਕਰੀਏ ਸ਼ਟ ਕੀ ਕਹਿ ਰਹੇ ਹੋ ਬੈਟਾ ਕੁਝ ਬਿਲਕੁਲ ਸਟਾਰਟਿੰਗ ਤੋਂ ਕਰ ਪਾਉਂਗੀ ਪਰ ਆਪਾਂ ਜਿੰਨਾ ਕ ਤੁਸੀਂ ਮਤਲਬ ਦੇਖੋ ਇੰਨੀ ਨੋਲੇਜ ਤੋਂ ਤੁਹਾਨੂੰ ਹੈ ਹੀ ਹੈ ਨਾ ਹੁਣ ਦੇਖੋ ਕਲਾਸ ਇੰਨਾ ਟਾਈਮ ਤਾਂ ਹੋਏਗਾ ਨਹੀਂ ਕਿਉਂਕਿ ਪੇਪਰ ਆਪਣਾ ਕਦੋਂ ਵੀ ਆ ਸਕਦਾ ਹੈ most probably ਤੁਹਾਡਾ ਪੇਪਰ ਅਗਲੇ ਮਹੀਨੇ ਹੋ ਜਾਏਗਾ ਤਾਂ ਆਪਾਂ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਇਆ ਪਤਾ ਨਹੀਂ ਹੈ ਜੇ ਅਸੀਂ ਮੰਨ ਕੇ ਚੱਲਦੇ ਹਾਂ ਕਿ ਤੁਹਾਡਾ ਪੇਪਰ ਅਗਲੇ ਮਹੀਨੇ ਹੋ ਜਾਏਗਾ ਉਸ ਚੀਜ਼ ਨੂੰ ਧਿਆਨ ਚ ਰੱਖ ਕੇ ਕਲਾਸ 'ਚ ਤੁਹਾਨੂੰ ਥਿਊਰੀ ਕਰਵਾਈ ਜਾਏਗੀ ਉਹਦੀ ਜਿਹੜੀ ਐਮਸੀਕਿਊਜ਼ ਦੀ ਪ੍ਰੈਕਟਿਸ ਹੈ ਉਹ ਤੁਹਾਨੂੰ YouTube 'ਤੇ ਕਰਵਾਈ ਜਾਏਗੀ ਤਾਂ ਕਿ ਤੁਹਾਡਾ ਵੀ ਟਾਈਮ ਬਚੇ ਤੇ ਤੁਹਾਡਾ ਸਿਲੇਬਸ ਵੀ ਟਾਈਮ 'ਤੇ ਖਤਮ ਹੋ ਜਾਵੇ ਕਲੀਅਰ ਹੈ ਚਿੱਕੇ ਤਾਂ ਉਹ ਕਲਾਸ ਲਗਾਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਦੇਖੋ ਜਿੰਨੀ ਮਰਜ਼ੀ ਥਿਊਰੀ ਪੜ ਲਓ ਜਦੋਂ ਤੱਕ ਐਮਸੀਕਿਊਜ਼ ਦੀ ਪ੍ਰੈਕਟਿਸ ਨਹੀਂ ਕਰੋਗੇ ਸਾਰੀ ਥਿਊਰੀ ਬੇਕਾਰ ਹੈ ਇਹ ਤਾਂ ਚੀਜ਼ ਤੁਸੀਂ ਪੇਪਰ 'ਚ ਰਿਲਾਈਜ਼ ਕੀਤੀ ਹੋਏਗੀ ਜਿਹੜੇ ਬੱਚਿਆਂ ਨੇ ਕੁਐਸਚਨਸ ਤੇ ਪ੍ਰੈਕਟਿਸ ਕੀਤੀ ਸੀ ਉਹਨਾਂ ਨੂੰ ਪੇਪਰ 'ਚ ਕੋਈ ਵੀ ਦਿੱਕਤ ਨਹੀਂ ਆਈ ਜਿਨ੍ਹਾਂ ਨੇ ਸਿਰਫ ਥਿਊਰੀ ਪੜ੍ਹੀ ਸੀ ਉਹਨਾਂ ਨੂੰ ਬਹੁਤ ਦਿੱਕਤ ਆਈ ਹੋਏਗੀ ਇਸ ਕਰਕੇ ਜ਼ਿਆਦਾ ਕਨਸੈਂਟਰੇਟ ਕੇਂਦਰਿਤ ਕਰਿਆ ਕਰੋ ਆਪਣੇ MCQ's 'ਤੇ ਇਸ ਲਈ ਕਹਿ ਰਹੀਆਂ ਸ਼ਾਮੀ 4:00 ਵਜੇ ਵਾਲੀ ਕਲਾਸ ਸਭ ਦੇ ਲਈ ਲਗਾਨੀ ਬਹੁਤ ਜ਼ਰੂਰੀ ਹੈ ਇਹ ਨਹੀਂ ਕਿ ਉਹ ਤੁਹਾਨੂੰ ਫ੍ਰੀ ਆਫ ਕੋਸਟ ਮਿਲ ਰਹੀ ਹੈ ਤਾਂ ਉਹ ਲਗਾਨੀ ਜ਼ਰੂਰੀ ਨਹੀਂ ਹੈ ਉਹ ਉਨੀ ਹੀ ਜ਼ਰੂਰੀ ਹੈ ਤੁਸੀਂ ਇਹ ਮੰਨ ਕੇ ਚੱਲੋ ਤੁਹਾਡੀ ਕਲਾਸ ਦਾ 파ਟ ਹੈ ਕਿਉਂਕਿ ਕਲਾਸ 'ਚ MCQ's ਨਹੀਂ ਹੋਣਗੇ ਮੈਂ ਬਿਲਕੁਲ ਸਾਫ਼ ਕਹਿ ਰਹੀਆਂ ਕਿਉਂਕਿ ਕਲਾਸ 'ਚ ਜਿੰਨਾ ਕ ਟਾਈਮ ਆਪਣੇ ਕੋਲ ਹੈਗਾ ਅਗਰ ਮੰਨ ਲਓ 1 ਮਹੀਨੇ ਬਾਅਦ ਪੇਪਰ ਹੋ ਗਿਆ 1 ਮਹੀਨੇ 'ਚ ਆਪਣਾ ਸਿਲੇਬਸ ਹੋ ਜਾਏ ਬਹੁਤ ਵੱਡੀ ਗੱਲ ਹੈ ਠੀਕ ਹੈ ਨਾ ਤਾਂ ਆਪਾਂ ਸਿਲੇਬਸ ਕਰਾਂਗੇ ਕਲਾਸ 'ਚ ਐਮਸੀਕਿਊ ਕਰਾਂਗੇ ਆਪਾਂ YouTube 'ਤੇ ਠੀਕ ਹੈ ਚਲੋ ਹਾਂਜੀ ਆਜੋ ਸਾਰੇ ਜਣੇ ਅੱਜ ਆਪਾਂ ਅੱਗੋਂ ਪੜ੍ਹਦੇ ਆਂ ਨਾਉਨ ਨੂੰ ਜੈਂਡਰ ਤੇ ਜੈਂਡਰ ਦੇ ਬੇਸ ਤੇ ਨਾਉਨ ਨੂੰ ਕਿਵੇਂ ਡਿਵਾਈਡ ਕੀਤਾ ਜਾਂਦਾ ਹੈ ਸਭ ਤੋਂ ਪਹਿਲੀ ਕੈਟਾਗਰੀ ਆਉਂਦੀ ਹੈ ਮੈਸਕੂਲਿਨ ਮੈਸਕੁਲਿਨ ਵਰਡ ਤੋਂ ਪਤਾ ਲੱਗ ਰਿਹਾ ਜਿਹੜਾ ਕਿ ਮੇਲ ਨੂੰ ਰਿਪਰੈਜ਼ੈਂਟ ਕਰੇ ਜਿਹੜਾ ਮੇਲ ਨੂੰ ਰਿਪਰੈਜ਼ੈਂਟ ਕਰੇਗਾ ਉਹ ਕਿਹੜੀ ਕੈਟਾਗਰੀ ਚ ਆਏਗਾ ਮੈਸਕੁਲਿਨ ਚ ਇਹਨ ਵਿੱਚ ਇੱਕ ਐਗਜ਼ਾਮਪਲ ਕਿਉਂ ਹੋਣ ਗਿਆ ਬாய் ਚਿੱਕਾ ਯਾਕੀ ਹੋਏਗੀ ਮੈਨ ਯਾਂ ਕੀ ਹੋਏਗਾ ਹਸਬੈਂਡ ਯਾਕੀ ਹੋਣਗੇ ਵਾਦਰ ਯਾ ਤੂੰ ਤੇ ਕਹਿ ਸਕਦੇ ਹੋ ਬ੍ਰਦਰ ਚਿੱਕੇ ਸਾਰੇ ਕੋਡ ਨੇ ਮੇਨ ਤੇ ਇਹ ਕਿੰਨੇ ਚ ਆਜੇਗਾ ਮੈਸਕੁਲਿਨ ਹਾਂਜੀ ਕਲੀਅਰ ਹੈ ਨੈਕਸਟ ਫੈਮਿਨਿ ਫੈਮਿਨਿਨ ਵਰਡ ਕਿੱਥੋਂ ਆਇਆ ਫੀਮੇਲ ਤੋਂ ਠੀਕ ਹੈ ਤਾਂ ਮਤਲਬ ਜਿੰਨੀ ਵੀ ਫੀਮੇਲ categories ਹਨ ਉਹਨੂੰ ਰਿਪਰੈਜ਼ੈਂਟ ਕੌਣ ਕਰਦਾ ਹੈ ਫੈਮਿਲੀ ਨੇ ਇਹਦੇ ਵਿੱਚ ਕੌਣ ਆ ਜਾਏਗਾ ਗਰਲ ਊਮੈਨ ਵਾਈਫ ਮਦਰ ਸਿਸਟਰ ਇਹ ਜਿੰਨੇ ਵੀ ਆ ਸਾਰੇ ਕਿੰਦੇ ਚ ਆ ਜਾਣਗੇ ਆਪਣੇ ਫੈਮਿਨਿਨ ਵਿੱਚ ਠੀਕ ਹੈ ਉਸ ਤੋਂ ਬਾਅਦ ਨੈਕਸਟ ਹੈ ਨਿਊਟਰ नैक्सट की है न्यूटर देखो न्यूटर कौन होंगे जिन्हें भी नॉन लिविंग जिम्मे की पेन है न्यूटर है, है. जान नहीं है ठीक है जिम्मे की अपनी चेयर टेबल पेन नोटबुक जो मर्जी जो भी इस तो रूम चासे आसे पास दिखाई दे रहे सारे कौन है न्यूटर है क्योंकि यह सारे सारे की है नॉन लिविंग मैम यह बहुत ईजी कंसैप्ट बच्चे बिलकुल बहुत ईजी कंसैप्ट पेपर ईजी कंसैप्ट आया जिनका जवाब तुम्हें दे नहीं पाए ਪੇਪਰ 'ਚ ਇਹਨਾਂ ਸੋਖਾ ਕੁਐਸਚਨ ਆਇਆ ਸੀ ਟਰੂਥ ਕਿਹੜਾ ਨਾਉਨ ਐ ਮੈਕਸਿਮਮ ਬੱਚੇ ਅਨਸਰ ਨਹੀਂ ਦੇ ਪਾਏ ਸੀ ਇਟ ਦਸ ਔਖਾ ਕੁਐਸਚਨ ਸੀ ਗੱਲ ਇਹ ਨਹੀਂ ਕਿ ਕਨਸੈਪਟ ਔਖੇ ਔਖੇ ਗੱਲ ਇਹ ਐ ਕਿ ਬੱਚਿਆਂ ਨੇ ਰਿਵੀਜ਼ਨ ਨਹੀਂ ਕੀਤੀ ਹੁੰਦੀ ਤੁਸੀਂ ਸਕੂਲ ਟਾਈਮ ਦੀਆਂ ਚੀਜ਼ਾਂ ਪੜੀਆਂ ਹੋਈਆਂ ਇੱਕ ਵਾਰੀ ਤੁਸੀਂ ਰਿਵਾਈਜ਼ ਕਰ ਲੋਗੇ ਮੈਂ ਬਹੁਤ ਜਲਦੀ ਜਲਦੀ ਪੜਾਵਾਂਗੀ ਨਾ ਬਿਲਕੁਲ ਟਾਈਮ ਨਹੀਂ ਵੇਸਟ ਕਰਨ ਵਾਲੀ ਠੀਕ ਐ ਤਾਂ ਉਹਦੇ ਨਾਲ ਕੀ ਹੋਏਗਾ ਅਗਰ ਪੇਪਰ 'ਚ ਗ੍ਰਾਮਰ ਦੇ ਕੁਐਸਚਨ ਆ ਵੀ ਗਏ ਤਾਂ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਅਸੀਂ ਇਹ ਚੀਜ਼ਾਂ ਪੜੀਆਂ ਨਹੀਂ ਜਾਂ ਸਾਨੂੰ ਯਾਦ ਨਹੀਂ ਕਲੀਅਰ ਐ ਪਲੀਜ਼ ਇਸ ਕਰਕੇ ਆਫੈਂਡ ਨਾ ਹੋਵੋ ਤੇ ਆਪਣਾ ਪਰਦੇ ਜਾਓ ਨੈਕਸਟ ਹੈ ਕਾਮਨ ਜੈਂਡਰ ਹਾਂਜੀ ਕਾਮਨ ਜੈਂਡਰ ਕੀ ਹੁੰਦਾ ਕਾਮਨ ਜੈਂਡਰ ਕੀ ਹੁੰਦਾ ਹੈ ਮੈਸਕੁਲਿਨ ਕਹਤਾ ਮੇਲ ਹੋਗੇ ਠੀਕ ਹੈ ਫੈਮਿਨਿਨ ਕਹਤਾ ਫੀਮੇਲ ਹੋਗੇ ਨਿਊਟਰ ਆਪਾਂ ਕਹਤਾ ਜਿਹੜੇ ਨੋ ਲਿਵਿੰਗ ਹੋਗੇ ਹੁਣ ਇਹ ਕਾਮਨ ਜੈਂਡਰ ਕੋਣ ਹੈ ਕਾਮਨ ਜੈਂਡਰ ਉਹ ਜੈਂਡਰ ਹੁੰਦਾ ਜਿੰਦੇ ਵਿੱਚ ਮੇਲ ਤੇ ਫੀਮੇਲ ਦੋਨੋਂ बराबर ਹੁੰਦੇ ਆ ਮਤਲਬ ਕਾਮਨ ਜੈਂਡਰ ਦਾ ਆਪਣਾ ਕੋਈ ਜੈਂਡਰ ਨਹੀਂ ਹੁੰਦਾ ਮੈਂ ਕਹਾਂਵਾ ਟੀਚਰ ਹੁਣ ਟੀਚਰ ਤੋਂ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਉਹ ਮੇਲ ਹੈ ਜਾਂ ਫੀਮੇਲ ਹੈ ਟੀਚਰ ਤਾਂ ਕੋਈ ਵੀ ਹੋ ਸਕਦਾ ਮੈਂ ਕਹਾਂਵਾ ਡਾਕਟਰ ਡਾਕਟਰ ਤਾਂ ਮੇਲ ਫੀਮੇਲ ਕੋਈ ਵੀ ਹੋ ਸਕਦਾ ਠੀਕ ਹੈ ਅਗਰ ਮੈਂ ਕਹਾਂਵਾ ਇੰਜੀਨੀਅਰ ਇੰਜੀਨੀਅਰ ਕੋਈ ਵੀ ਹੋ ਸਕਦਾ ਠੀਕ ਹੈ ਮੈਂ ਕਹਾਂਵਾ ਅ ਤੁਸੀਂ ਕੋਈ ਵੀ ਸਟੂਡੈਂਟ ਹਾ ਸਟੂਡੈਂਟ ਜਿਮੇ ਸਟੂਡੈਂਟ ਕੋਈ ਵੀ ਹੋ ਸਕਦਾ ਹੈ ਠੀਕ ਹੈ ਨਾ ਜਿਨ੍ਹਾਂ ਦਾ ਆਪਣਾ ਕੋਈ ਜੈਂਡਰ ਨਹੀਂ ਹੁੰਦਾ ਉਹਨੂੰ ਕੀ ਕਹਿੰਦੇ ਹੈ ਕਾਮਨ ਜੈਂਡਰ ਹੈਵਿੰਗ ਨੋ ਇਟਸ ਓਨ ਜੈਂਡਰ ਜਿਮੇ ਕਿ ਟੀਚਰ ਹੋ ਗਿਆ ਸਟੂਡੈਂਟ ਹੋ ਗਿਆ ਡਾਕਟਰ ਹੋ ਗਿਆ ਕਲੀਅਰ ਹੈ ਦੇਖੋ ਮਨ ਇੱਕ ਚੀਜ਼ ਯਾਦ ਰੱਖਣਾ ਮੰਨ ਲਓ ਇਗਜ਼ਾਮ ਚ ਕੁਐਸਚਨ ਆ ਗਿਆ ਇਗਜ਼ਾਮ ਚ ਕੁਐਸਚਨ ਆ ਗਿਆ ਹੁਣ ਅਗਰ ਤਨ ਪ੍ਰੋਨਾਨ ਬਾਰੇ ਮੈਂ ਦੱਸਿਆ ਕਿ ਪ੍ਰੋਨਾਨ ਕਿੰਦਾ ਕੰਮ ਕਰਦੀ ਹੈ ਨਾਉਨ ਨੂੰ ਕੁਆਲੀਫਾਈ ਕਰਦਾ ਮਤਲਬ ਨਾਉਨ ਨੂੰ ਰਿਪਲੇਸ ਕਰਦਾ ਠੀਕ ਹੈ ਅਗਰ ਤਾਂ ਕੋਈ ਰਾਮ ਹੋਵੇ ਤੁਸੀਂ ਰਾਮ ਲਈ ਲਗਾ ਦੋਗੇ ਹੀ ਠੀਕ ਹੈ ਮੰਨ ਲਓ ਇੱਥੇ ਕੋਈ ਸੀਤਾ ਹੋਵੇ ਤੁਸੀਂ ਉਹਦੇ ਲਈ ਕੀ ਲਗਾ ਦੋਗੇ ਸ਼ੀ ਪਰ ਮੈਂ ਇੱਕ ਗੱਲ ਦੱਸੋ ਇੱਥੇ ਆ ਜਾਵੇ ਸਟੂਡੈਂਟ ਉਹਨਾਂ ਦੇ ਲਈ ਕੀ ਲਗਾਓਗੇ ਸਟੂਡੈਂਟ ਆ ਗਿਆ ਉੰਦੇ ਲਈ ਕੀ ਲਗਾਓਗੇ ਹਾਂ ਸਟੂਡੈਂਟ ਤਾਂ ਮੇਲ ਵੀ ਹੋ ਸਕਦਾ ਹੈ ਫੀਮੇਲ ਵੀ ਹੋ ਸਕਦੀ ਹੈ ਹਾਂ ਹੈ ਨਾ ਗੱਲ ਸਮਝ ਆਈ ਮਤਲਬ ਕਾਮਨ ਜੈਂਡਰ ਦੀ ਪ੍ਰਾਇਓਰਟੀ ਕਿਵੇਂ ਡਿਸਾਈਡ ਹੁੰਦੀ ਹੈ ਇੰਗਲਿਸ਼ ਕਹਿੰਦੀ ਹੈ ਜਦੋਂ ਵੀ ਤੁਸੀਂ ਕਾਮਨ ਜੈਂਡਰ ਨੂੰ ਪ੍ਰਾਇਓਰਟੀ ਦੇਣੀ ਹੈ ਜਦੋਂ ਵੀ ਤੁਸੀਂ ਕਾਮਨ ਜੈਂਡਰ ਨੂੰ 1 ਮਿੰਟ ਜਦੋਂ ਵੀ ਤੁਸੀਂ ਕਾਮਨ ਜੈਂਡਰ ਨੂੰ ਪ੍ਰਾਇਓਰਟੀ ਦੇਣੀ ਹੈ ਤਾਂ ਤੁਸੀਂ ਉਹਨੂੰ ਕਿਹਦੇ ਕਿਸੇ ਬਸੇ ਤੇ ਦੇਣੀ ਹੈ ਸਭ ਤੋਂ ਪਹਿਲਾਂ ਤੁਸੀਂ ਦੇਣੀ ਹੈ ਮੇਲ ਨੂੰ ਹੀ ਹੀਸ ਹਿਮ ਠੀਕ ਹੈ ਇਹ ਸਾਰੇ ਸਾਰੇ ਕਿਹਨੂੰ ਰਿਪਰੈਜ਼ੈਂਟ ਕਰਦੇ ਐ ਮੇਲ ਨੂੰ ਅਗਰ ਮੰਨ ਲਓ ਤੁਹਾਡੇ ਕੁਐਸਚਨ ਚ ਉਹਨੇ ਮੇਲ ਨਹੀਂ ਦੇ ਰੱਖਿਆ ਉਹਨੇ ਆਪਸ਼ਨ ਹੀ ਦੇ ਰੱਖੀ ਫਿਰ ਤੁਸੀਂ ਕਿਨੂੰ ਪ੍ਰਾਇਰਟੀ ਦੇਣੀ ਐ ਇਟ ਨੂੰ ਕਿਨੂੰ ਦੇਣੀ ਐ ਇਟ ਨੂੰ ਇਟ ਇਟਸ ਇਟ ਅਗਰ ਮੰਨ ਲਓ ਇਹ ਵੀ ਦੇ ਰੱਖਿਆ ਲਾਸਟ ਤੇ ਤੁਸੀਂ ਪ੍ਰਾਇਰਟੀ ਦੇਣੀ ਐ ਫੀਮੇਲ ਨੂੰ ਲਾਸਟ ਤੇ ਤੁਸੀਂ ਕਿਨੂੰ ਪ੍ਰਾਇਰਟੀ ਦੇਣੀ ਐ ਫੀਮੇਲ ਨੂੰ ਕਲੀਅਰ ਐ ਇਹ ਕੀ ਹੈ ਤੁਹਾਡੀ ਪ੍ਰਾਇਓਰਟੀ ਜਦੋਂ ਵੀ ਤੁਸੀਂ ਤੁਹਾਨੂੰ ਕਾਮਨ ਜੈਂਡਰ ਦਾ ਕੁਐਸਚਨ ਆ ਜਾਵੇ ਕੁਐਸਚਨ ਚ ਉਹਨੇ ਲਿਖਿਆ ਹੋਇਆ ਹੈ ਸਟੂਡੈਂਟ ਟੀਚਰ ਚਿਕਾ ਉਹਨੇ ਲਿਖਿਆ ਆਇਆ ਹੈ ਇੰਜੀਨੀਅਰ ਡਾਕਟਰ ਕੁਝ ਵੀ ਐਵੇਂ ਦਾ ਲਿਖਿਆ ਜਿੰਦੇ ਚ ਕਲੀਅਰ ਨਹੀਂ ਹੈ ਕਿ ਬੰਦਾ ਹੈ ਜਾਂ ਬੰਦੀ ਹੈ ਮਨ ਲੜਕਾ ਹੈ ਜਾਂ ਲੜਕੀ ਹੈ ਤਾਂ ਉੱਥੇ ਤੁਸੀਂ ਕਿਹਨੂੰ ਪ੍ਰਾਇਓਰਟੀ ਦੇਣੀ ਹੈ ਮੇਲ ਨੂੰ ਤੁਸੀਂ ਇੰਗਲਿਸ਼ ਕਿਨੂੰ ਪ੍ਰਾਇਓਰਟੀ ਦਿੰਦੀ ਹੈ ਮੇਲ ਕੈਟਾਗਰੀ ਨੂੰ ਤਾਂ ਉੱਥੇ ਤੁਸੀਂ ਕੀ ਚੂਜ਼ ਕਰੋਗੇ ਹੀ ਹੀਸ ਜਾਂ ਹੀ ਕਲੀਅਰ ਹੈ ਸਮਝ ਆਇਆ ਜਾਂ ਨਹੀਂ हां जी जल्दी जी ਦੱਸੋ ਡਨ ਹੈ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ ਹਾਂਜੀ ਮੈਮ ਸਮਝ ਆ ਰਿਹਾ ਹੈ ਹਾਂਜੀ ਸਭ ਨੂੰ ਸਮਝ ਆ ਰਿਹਾ ਹੈ ਦੇਖੋ ਅਗਰ ਕਿਸੇ ਨੂੰ ਕੋਈ ਵੀ ਦਿੱਕਤ ਹੈ ਪਲੀਜ਼ ਮੈਨੂੰ ਪੁੱਛ ਲਓ ਚਾਹੇ ਇੱਕ ਵਾਰੀ ਪੁੱਛੋ ਦੋ ਵਾਰੀ ਪੁੱਛੋ ਜਿੰਨੀ ਮਰਜ਼ੀ ਵਾਰੀ ਪੁੱਛੋ ਪਰ ਡਾਊਟ ਲੈ ਕੇ ਘਰੇ ਨਹੀਂ ਜਾਣਾ ਬਹੁਤ ਈਜ਼ੀ ਟੌਪਿਕ ਹੈ ਈਜ਼ਲੀ ਸਮਝ ਆ ਜਾਏਗਾ ਫਿਰ ਵੀ ਕੋਈ ਕਨਫਿਊਜ਼ਡ ਹੈ ਪੁੱਛੋ ਹਾਂਜੀ ਸਭ ਨੂੰ ਡਨ ਹੈ ਅੱਗੇ ਚੱਲੀਏ ਹਾਂਜੀ ਚਲੋ ਨੈਕਸਟ ਹੈ ਆਪਾਂ ਗੱਲ ਕਰ ਰਹੇ ਸੀਗੇ ਕਾਮਨ ਸੈਂਟਰ ਦੀ ਹੁਣ ਜੇ ਮਨ ਲਓ ਇਗਜ਼ਾਮ ਚ ਕੁਸ਼ਚਨ ਆਂਦਾ ਹੈ ਕਈਆਂ ਤੇ ਤੁਹਾਨੂੰ ਤੇ 에ਰਰ ਦੇ ਖੈਰ ਕੁਸ਼ਚਨ ਆਂਦੇ ਵੀ ਜਿਨ੍ਹਾਂ ਨੂੰ 에ਰਰ ਦੇ ਕੁਸ਼ਚਨ ਆਂਦੇ ਆ ਡਾਕਟਰ ਇਜ਼ ਟਰੀਟਿੰਗ ਹਿਸ ਹਰ ਇਟਸ ਪੇਸ਼ੈਂਟ ਹੁਣ ਡਾਕਟਰ ਆਪਣੇ ਪੇਸ਼ੈਂਟ ਨੂੰ ਟਰੀਟ ਕਰ ਰਿਹਾ ਹੁਣ ਡਾਕਟਰ ਕੌਣ ਹੈ ਲੜਕਾ ਹੈ ਲੜਕੀ ਹੈ ਪਤਾ ਨਹੀਂ ਤੇ ਹੁਣ ਆਪਾਂ ਇੱਥੇ ਕਿਨੂੰ ਚੂਜ਼ ਕਰਾਂਗੇ ਥੀ ਪੇਸ਼ੈਂਟ ਨੂੰ ਗੱਲ ਸਮਝ ਆ ਗਈ ਹਾਂਜੀ ਕਲੀਅਰ ਹੈ ਡਨ ਇੰਗਲਿਸ਼ ਵਿੱਚ ਜੈਂਡਰ ਬਾਇਅਸ ਰੱਖਦੀ ਹੈ ਬੱਚੇ ਦੇਖੋ ਇੰਗਲਿਸ਼ ਆਪਣੀ ਲੈਂਗੁਏਜ ਨਹੀਂ ਹੈ ਜਿੰਦੇ ਤੇ ਆਪਾਂ ਆਰਗੂਮੈਂਟ ਕਰੀਏ ਕਿ ਹਾਂ ਜੀ ਊਮੈਨ ਨੂੰ ਕਿਉਂ ਨਹੀਂ ਚੂਜ਼ ਕੀਤਾ ਮੈਨੂੰ ਕਿਉਂ ਕੀਤਾ ਕਿ ਕਿ ਅੰਗਰੇਜ਼ਾਂ ਦੀ ਲੈਂਗੁਏਜ ਹੈ ਉਹਨਾਂ ਦੀ ਜਿਵੇਂ ਬਣਾਈ ਆ ਆਪਾਂ ਨੂੰ ਉਵੇਂ ਹੀ ਰਿਸੈਪਟ ਕਰਨੀ ਪਵੇਗੀ ਆਪਣੇ ਕੋ ਕੋਈ ਹੱਲ ਨਹੀਂਗਾ ਇਸ ਚੀਜ਼ ਦਾ ਚਲੋ ਨੈਕਸਟ ਹੈ ਨਾਉਨ ਕੇਸਿੰਗ ਨਾਉਨ ਕੇਸਿੰਗ ਦੀ ਗੱਲ ਕਰਦੇ ਆਂ ਦੇਖੋ ਇੰਨੀ ਗੱਲ ਤੁਹਾਨੂੰ ਸਭ ਨੂੰ ਪਤਾ ਹੋਏਗੀ ਜਦੋਂ ਵੀ ਕੋਈ ਸੈਂਟੈਂਸ ਬਣਦਾ ਹੈ ਜਦੋਂ ਵੀ ਆਪਾਂ ਸੈਂਟੈਂਸ ਦੀ ਗੱਲ ਕਰਦੇ ਆਂ ਸੈਂਟੈਂਸ ਚ ਸਭ ਤੋਂ ਪਹਿਲਾਂ ਕੀ ਆਂਦਾ ਹੈ ਸਬਜੈਕਟ ਫਿਰ ਕੀ ਆਂਦਾ ਹੈ ਵਰਬ ਫਿਰ ਕੀ ਆਂਦੀ ਹੈ ਵਰਬ ਦੈਨ ਕੀ ਆਂਦਾ ਹੈ ਆਬਜੈਕਟ ਦੈਨ ਕੀ ਆਂਦਾ ਹੈ ਆਬਜੈਕਟ ਜਿਵੇਂ ਕਿ ਮੈਂ ਕਿਹਾ ਰਾਮ ਕਾਲਡ ਰੀਨਾ ਠੀਕ ਹੈ ਰਾਮ ਨੇ ਰੀਨਾ ਨੂੰ ਬੁਲਾਇਆ ਠੀਕ ਹੈ ਇੱਥੇ ਰਾਮ ਕੌਣ ਹੈ ਸਬਜੈਕਟ ਕਾਲ ਕੀ ਹੈ ਵਰਬ ਰੀਨਾ ਕੀ ਹੈ ਆਬਜੈਕਟ ਇਹ ਤਾਂ ਆਪਾਂ ਗੱਲ ਕਰ ਲਈ ਕਿ ਹਾਂਜੀ ਇਹ ਸਬਜੈਕਟ ਹੈ ਇਹ ਵਰਬ ਹੈ ਆਬਜੈਕਟ ਹੈ ਪਰ ਅੱਜ ਗੱਲ ਕਰਦੀਆਂ ਕਿ ਸਬਜੈਕਟ ਜਿਹਨੂੰ ਆਪਾਂ ਕਹਿ ਰਹੇ ਹਾਂ ਇਹ ਐਕਚੁਅਲ 'ਚ ਕੌਣ ਹੈ ਜਿਹਨੂੰ ਆਪਾਂ ਆਬਜੈਕਟ ਕਹਿ ਰਿਹਾ ਇਹ ਐਕਚੁਅਲ 'ਚ ਕੌਣ ਹੈ ਦੇਖੋ ਸਭ ਤੋਂ ਪਹਿਲਾ ਕੇਸ ਹੁੰਦਾ ਸਬਜੈਕਟਿਵ ਕੇਸ ਨਾਉਨ ਦਾ ਸਭ ਤੋਂ ਪਹਿਲਾ ਕੇਸ ਕੀ ਹੁੰਦਾ ਹੈ ਸਬਜੈਕਟਿਵ ਕੇ ਸਬਜੈਕਟਿਵ ਕੇਸ ਕੀ ਹੁੰਦਾ ਹੈ ਜਿੰਦ ਵਿੱਚ ਨਾਉਨ ਨੂੰ ਕਿਵੇਂ ਯੂਜ਼ ਕੀਤਾ ਜਾਂਦਾ ਹੈ ਐਜ਼ ਅ ਸਬਜੈਕਟ ਅਗਰ ਮੈਂ ਕਹਿ ਰਹੀਆਂ ਰਾਮ ਰਾਮ ਕੀਏ تھے ਨਾਉਨ ਸਬਜੈਕਟਿਵ ਹੀ ਹੈ ਪਰ ਐਕਚੁਅਲ 'ਚ ਕੀ ਹੈ ਨਾਉਨ ठीक है मैं कह रही हां रीना रीना वैसे ऑब्जेक्ट टाइप पर एक्चुअल में की है नाउन अगर नाउन सब्जेक्टिव की तरह यूज होएगा तो हम कहेंगे सब्जेक्टिव केस अगर वो ऑब्जेक्टिव की तरह यूज होएगा तो हम की कहेंगे सब्जेक्टिव केस इन्नी गल समझ आ गई हां जी इन्नी गल क्लियर है या नहीं समझ आया हां जी सब नु समझ आ गया पक्की गल है हां जी ऑनलाइन वालों समझ आया कि नहीं ਇਹ ਬੇਫਾਲਤੂ ਹੀ ਗੱਲਾਂ ਲੱਗੀਆਂ ਵੋਕੇਟਿਵ ਕੇਸ ਹਮ ਜੀ ਨੈਕਸਟ ਕੇਸ ਹੁੰਦਾ ਹੈ ਵੋਕੇਟਿਵ ਕੇਸ ਵੋਕੇਟਿਵ ਕੇਸ ਕੀ ਹੁੰਦਾ ਜਿੰਦੇ ਵਿੱਚ ਨਾਉਨ ਨੂੰ ਯੂਜ਼ ਕੀਤਾ ਜਾਂਦਾ ਹੈ ਕਿਸੇ ਨੂੰ ਐਡਰੈਸ ਕਰਨ ਲਈ ਮੰਨ ਲਓ ਮੈਂ ਇੱਕ ਤੁਹਾਨੂੰ ਮੈਂ ਕਿਸੇ ਬੱਚੇ ਨਾਲ ਗੱਲ ਕਰ ਰਹੀ ਹਾਂ ਠੀਕ ਹੈ ਕੋਈ ਮੋਹਿਦ ਨਾਮ ਦਾ ਲੜਕਾ ਮੈਂ ਉਹਦੇ ਨਾਲ ਗੱਲ ਕਰ ਰਹੀ ਹਾਂ ਮੈਂ ਕਹਿ ਰਹੀ ਹਾਂ ਕਿ ਤੂੰ ਲੇਟ ਆਇਆ ਠੀਕ ਹੈ ਇੱਕ ਤਾਂ ਮੈਂ ਇਹਨੂੰ ਕਹਾਂ ਯੂ ਆਰ ਲੇਟ ਠੀਕ ਹੈ ਇੱਕ ਮੈਂ ਇਹਨੂੰ ਕਹਾਂ ਮੋਹਿਦ ਯੂ ਆਰ ਲੇਟ ਇਹ ਮੋਹਿਦ ਵਰਡ ਬੋਲ ਕੇ ਮੈਂ ਕੀ ਕਰ ਰਹੀ ਹਾਂ ਉਹਨੂੰ ਐਡਰੈਸ ਕਰ ਰਹੀ ਹਾਂ ਠੀਕ ਹੈ ਜਦੋਂ ਆਪਾਂ ਨਾਉਨ ਨੂੰ ਯੂਜ਼ ਕਰਦੇ ਆ ਕਿਸੇ ਨੂੰ ਐਡਰੈਸ ਕਰਨ ਲਈ ਮਤਲਬ ਇਹ ਦੱਸਣ ਲਈ ਕਿ ਮੈਂ ਜਿੰਦੇ ਨਾਲ ਗੱਲ ਕਰ ਰਿਹਾ ਉਹ ਕੌਣ ਹੈ ਠੀਕ ਹੈ ਦੋ ਹੀ ਤਰੀਕੇ ਹਨ ਜਾਂ ਆਤਮੰਦਨਾ ਡਾਇਰੈਕਟਲੀ ਗੱਲ ਕਰਾਇਆ ਨਾ ਮੈਂ ਸਿੱਧਾ ਕਹਾਂ ਯੂ ਆਰ ਲੇਟ ਠੀਕ ਹੈ ਜਾਂ ਮੈਂ ਵੀ ਕਹਿ ਸਕਦੀ ਹਾਂ ਉਸ ਪਰਸਨ ਦਾ ਨਾਮ ਲੈ ਕੇ ਮੋਹਿਤ ਯੂ ਆਰ ਲੇਟ ਇੱਥੇ ਜਿਹੜਾ ਮੋਹਿਤ ਹੈ ਇਹ ਨਾਉਨ ਹੈ ਇਹ ਕੀ ਕਰ ਰਿਹਾ ਉਸ ਬੰਦੇ ਨੂੰ ਐਡਰੈਸ ਕਰ ਰਿਹਾ ਜਦੋਂ ਕੋਈ ਨਾਉਨ ਕਿਸੇ ਨੂੰ ਐਡਰੈਸ ਕਰਨ ਲਈ ਯੂਜ਼ ਕੀਤਾ ਜਾਂਦਾ ਹੈ ਉਹਨੂੰ ਕੀ ਬੋਲਦੇ ਹੈ ਵੋਕਟਿਵ ਕੇਸ ਉਹਨੂੰ ਕੀ ਬੋਲਦੇ ਹੈ ਪੋਕੇਟ ਇਨ ਗੇਟ ਜਿਵੇਂ ਕੀ ਮੈਂ ਲਿਖਿਆ RAM ਯੂ ਕੈਨ ਟੇਕ ਦੀ ਬੁక్స్ ਮੈਂ ਕੱਲ ਐਵੇਂ ਵੀ ਲਿਖ ਸਕਦੀ ਸੀ ਯੂ ਕੈਨ ਟੇਕ ਦੀ ਬੁక్స్ ਪਰ ਮੈਂ ਕੀ ਲਿਖਿਆ RAM ਯੂ ਕੈਨ ਟੇਕ ਦੀ ਬੁక్స్ ਇੱਥੇ RAM ਕੀ ਕਰ ਰਿਹਾ ਉਸ ਪਰਸਨ ਨੂੰ ਐਡਰੈਸ ਕਰ ਰਿਹਾ ਮਤਲਬ ਦੱਸ ਰਿਹਾ ਕਿ ਉਹ ਕਿਹੜੇ ਬੰਦੇ ਨਾਲ ਗੱਲ ਕਰ ਰਿਹਾ ਕਲੀਅਰ ਹੈ ਸਮਝ ਆ ਗਿਆ ਠੀਕ ਹੈ ਹਾਂਜੀ ਕਿਸੇ ਨੂੰ ਕੋਈ ਡਾਊਟ ਹੈ ਨਾ ਤਿੰਨਾਂ ਵਿੱਚੋਂ ਪੱਕੀ ਗੱਲ ਹੈ ਅੱਗੇ ਚੱਲੀਏ ਹਾਂਜੀ ਅੱਗੇ ਆਓ नेक्स्ट है पोजेसिव केस मोस्ट मोस्ट इंपोर्टेंट है अगर देखो ग्रामर जो थोड़ा जब डिटेल से गया तो इत जाएगा पोजेसिव yeah. केस की पोजेसन मतलब की है ओनरशिप या बिलोंगिंग मतलब मैं कह कि ये पेन ते मेरा अधिकार है तो मतलब मैं इस पेन की की होगी ओनर होगी ठीक है मतलब मेरा इन की है पोजेसन है मेरा इन की है अधिकार है ठीक है गल समझ आ गया ਠੀਕ ਹੈ ਪੋਸੈਸ਼ਨ ਮਤਲਬ ਕੀ ਹੁੰਦਾ ਹੈ ਜਦੋਂ ਪੋਸੈਸਿਵ ਮਤਲਬ ਕੀ ਹੁੰਦਾ ਹੈ ਜਦੋਂ ਆਪਣਾ ਕੀ ਚੀਜ਼ ਤੇ ਅਧਿਕਾਰ ਹੋਵੇ ਜਾਂ ਉਹ ਚੀਜ਼ ਨੂੰ ਆਪਣ ਬਿਲੋਂਗ ਕਰਦੇ ਹੋਈ ਹੈ ਜਾਂ ਉਹ ਚੀਜ਼ ਆਪਾਂ ਨੂੰ ਬਿਲੋਂਗ ਕਰਦੇ ਹੋਏ ਜਾਂ ਆਪਾਂ ਉਸ ਚੀਜ਼ ਦੇ ਕੀ ਹੋਈਏ ਓਨਰ ਹੋਈਏ ਗੱਲ ਸਮਝ ਆ ਗਈ ਠੀਕ ਹੈ ਹੁਣ ਦੇਖੋ ਜਦੋਂ ਵੀ ਤੁਸੀਂ ਕਿਸੇ ਇਨਸਾਨ ਦੀ ਓਨਰਸ਼ਿਪ ਦਿਖਾਉਣੀ ਹੈ ਮੈਂ ਕਹਿ ਰਹੀ ਹਾਂ ਕਿ ਇਹ ਪੈਨ ਮੇਰਾ ਹੈ ਮੈਂ ਕਹਿ ਰਹੀ ਹਾਂ ਉਹ ਕਾਰ ਰਾਮ ਦੀ ਹੈ ਮੈਂ ਕਹਿ ਰਹੀ ਆ ਉਹ ਨੋਟਬੁੱਕ ਤੁਹਾਡੀ ਐ ਮੈਂ ਕਹਿੰਦੀ ਇਹ ਗੱਲ ਇੰਗਲਿਸ਼ ਚ ਕਹਨੀ ਹੋਵੇ ਤਾਂ ਮੈਂ ਕਿਵੇਂ ਕਹਾਂਗੀ ਜੋ ਵੀ ਉਹ ਇਨਸਾਨ ਹੋਏਗਾ ਉਹਦੇ ਨਾਲ ਕੀ ਲਗਾਵਾਂਗੀ ਅਪੋਸਟ੍ਰੋਫੀ ਐਸ ਜੋ ਵੀ ਉਹ ਪਰਸਨ ਹੋਏਗਾ ਉਹਦੇ ਨਾਲ ਕੀ ਲਗਾਵਾਂਗੀ ਅਪੋਸਟ੍ਰੋਫੀ ਐ ਪਲੱਸ ਉਹਦਾ ਜੋ ਵੀ ਅਧਿਕਾਰ ਹੋਏਗਾ ਜਿਵੇਂ ਕਿ ਮੈਂ ਲਿਖਿਆ ਰਾਮ ਪੈਨ ਗੱਲ ਸਮਝ ਆ ਗਈ ਰਾਮ ਕੋਣ ਹੈ ਉਹ ਇਨਸਾਨ ਹੈ ਉਹਦੇ ਨਾਲ ਮੈਂ ਕੀ ਲਗਾਇਆ ਅਪੋਸਟ੍ਰੋਫੀ ਐ ਤੇ ਇਹ ਕੀ ਬਣ ਗਿਆ ਹੁੰਦਾ ਪੋゼਸ਼ਨ

living than not living than apostrophe s ਨਹੀਂ ਲੱਗਦਾ ਨੋ ਲਿਵਿੰਗ ਦਾ profession ਕਿਵੇਂ ਦਿਖਾਇਆ ਜਾਂਦਾ ਪਹਿਲਾਂ ਉਹਦਾ ਜੋ ਵੀ profession ਆ ਉਹ ਲਿਖੋ then of ਲਿਖੋ then noun ਲਿਖੋ मतलब ਤੁਸੀਂ ਇਹ ਚੀਜ਼ ਨੂੰ ਕਿਵੇਂ ਲਿਖ ਸਕਦੇ ਹੋ leg of table ਕਿਵੇਂ ਲਿਖ ਸਕਦੇ ਹੋ leg of table ਹਾਂਜੀ ਕਲੀਅਰ ਹੈ ਕਿ ਨਹੀਂ ਬਿਲਕੁਲ leg of table ਹੋਏਗਾ ਵੈਰੀ ਗੁੱਡ ਬਹੁਤ ਅੱਛੇ ਹਾਂਜੀ ਸਮਝ ਆਇਆ ਕਿ ਨਹੀਂ ਆਇਆ ਸਮਝ ਗਏ ਕਿਸ ਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ

ਪਰ ਦੇਖੇ ਕਿ ਇਸ ਵਿੱਚ ਆਪਾਂ ਗੱਲ ਕਰਦੇ ਆਨਰਸ਼ਿਪ ਤੇ ਬਿਲੋਂਗਿੰਗ ਨੈਸ ਦੀ ਹਾਂਜੀ ਲਿਵਿੰਗ ਦੀ ਬਿਲੋਂਗਿੰਗ ਨੈਸ ਕਿਵੇਂ ਦਿਖਾਵਾਂਗੇ ਅਪੋਸਟ ਆਫ ਵੀ ਐਸ ਦੇ ਨਾਲ ਪਰ ਨੋ ਲਿਵਿੰਗ ਦੀ ਕਿਵੇਂ ਦਿਖਾਵਾਂਗੇ ਪੋਜ਼ੈਸ਼ਨ ਆ ਤੇ ਨਾਉਨ ਸਮਝ ਆ ਗਿਆ ਹਾਂਜੀ ਕਲੀਅਰ ਹੈ ਸਭ ਨੂੰ ਜਲਦੀ ਜੀ ਦੱਸੋ ਅਗਰ ਕਲੀਅਰ ਹੈ ਤਾਂ ਡਨ ਚਲੋ ਬਹੁਤ ਅੱਛੇ ਹਾਂਜੀ ਅਗਿਆਤ ਮਨ ਦੇਖੋ ਆਪਾਂ ਇਹ ਤਾਂ ਕਹਿਤਾ ਕਿ ਲਿਵਿੰਗ ਤੇ ਨੋਨ ਲਿਵਿੰਗ ਦੇ ਨਾਲ ਪੋਜੈਸ਼ਨ ਕਿਵੇਂ ਲੱਗੇਗਾ ਮੈਂ ਇੱਥੇ ਕੁਝ ਆ ਫੰਟੈਂਸਿਸ ਲਿਖਿਆ ਹੈ ਕੁਝ ਫਰੇਜ਼ਸ ਲਿਖਿਆ ਹੈ ਤੁਸੀਂ ਮੈਨੂੰ ਦੱਸਣਾ ਕਿ ਇਹ ਸਹੀ ਲਿਖਿਆ ਹੈ ਗਲਤ ਲਿਖਿਆ ਹੈ ਹਾਂਜੀ ਪਹਿਲਾ ਹੈ ਡੈਲੀਸ ਪੋਲੂਸ਼ਨ ਦੂਸਰਾ ਹੈ ਇੰਡੀਆਜ਼ ਪੋਪੂਲੇਸ਼ਨ ਤੀਸਰਾ ਹੈ ਵਨ ਡੇ ਇਹ ਨੰਬਰਿੰਗ ਚ ਪ੍ਰੋਬਲਮ ਹੈ ਸਨਸ ਰੇਡ ਮੂਨਸ ਪ੍ਰੈਜ਼ੈਂਸ ਐਟ ਐਨ ਆਮ ਲੈਂਥ ਦੀ ਕੋਰਸ ਤੋਂ ਅਰਥ ਰੋਟੇਸ਼ਨ ਜਲਦੀ ਦੱਸੋ ਇਹ ਸਹੀ ਹੈ ਜਾਂ ਗਲਤ ਹੈ ਇਹ ਸਹੀ ਹੈ ਜਾਂ ਗਲਤ ਹੈ हां जी समझ आ गया जल्दी देखो ये सही है या गलत है देखो ਆਪਾਂ ਕਹਿਆ ਕਿ ਲਿਵਿੰਗ ਤੇ ਨੋਨ ਲਿਵਿੰਗ ਦੇ ਨਾਲ ਆਪਾਂ ਲਿਵਿੰਗ ਦੇ ਨਾਲ ਅਪੋਸਟ੍ਰੋਫੀ ਐਸ ਲਗਾਉਂਦੇ ਆ ਨੋਨ ਲਿਵਿੰਗ ਦੇ ਨਾਲ ਅਪੋਸਟ੍ਰੋਫੀ ਐਸ ਨਹੀਂ ਲਗਾਉਂਦੇ ਪਰ ਆਪਾਂ ਜਦੋਂ ਪਿੱਛੇ ਵੇਖਿਆ ਇੱਥੇ ਦਿੱਲੀ ਵੀ ਨੋਨ ਲਿਵਿੰਗ ਹੈ ਇੱਥੇ ਇੰਡੀਆ ਵੀ ਨੋਨ ਲਿਵਿੰਗ ਹੈ ਹਨਾ ਵਨਡੇ ਵੀ ਨੋਨ ਲਿਵਿੰਗ ਹੈ ਸਨ ਵੀ ਨੋਨ ਲਿਵਿੰਗ ਹੈ ਮੂਨ ਵੀ ਨੋਨ ਲਿਵਿੰਗ ਹੈ ਮਤਲਬ ਇਹਨਾਂ ਵਿੱਚੋਂ ਤਾਂ ਨੋਨ ਲਿਵਿੰਗ ਹੈ ਸਾਰੇ ਸਾਰੇ ਪਰ ਇਹਨਾਂ ਸਾਰਿਆਂ ਦੇ ਨਾਲ ਕੀ ਲੱਗਾ ਹੋਇਆ ਹੈ apostrophe s ਇਹ ਕਿਉਂ ਹੋਇਆ ਕਿਉਂਕਿ ਕੁਝ एक्सेप्शनਸ ਹੈ ਕੀ ਹੈ ਕੁਝ एक्सेप्शन ਹੈ ਸਭ ਤੋਂ ਪਹਿਲੇ एक्सेप्शन ਕੀ ਹੈ ਤੁਸੀਂ ਪਲੇਸ ਦੇ ਨਾਲ apostrophe s ਲਗਾ ਸਕਦੇ ਹੋ ਤੁਸੀਂ ਕਿਸੇ ਜਗ੍ਹਾ ਦੇ ਨਾਮ ਦੇ ਨਾਲ apostrophe s ਲਗਾ ਸਕਦੇ ਹੋ ਦੂਸਰੀ ਚੀਜ਼ ਤੁਸੀਂ ਟਾਈਮ ਦੇ ਨਾਲ apostrophe s ਲਗਾ ਸਕਦੇ ਹੋ ਠੀਕ ਹੈ ਜੇ ਟਾਈਮ ਹੈ ਉਹਦੇ ਨਾਲ ਵੀ ਤੁਸੀਂ apostrophe s ਲਗਾ ਸਕਦੇ ਹੋ ਤੀਸਰਾ ਕੀ ਹੈ ਸెలెస్ਟੀਅਲ ਬੋਡੀ ਲੈਸਟਲ ਬodies ਕੀ ਹੁੰਦੀ ਹੈ ਹੈਵਨਲੀ ਬodies ਉਹ ਬodies ਜਿਹੜੀਆਂ ਕਿ ਆਪਣੇ ਯੂਨੀਵਰਸ ਚ ਫਲੋਟ ਕਰ ਰਹੀ ਹੈ ਮਤਲਬ ਜਿਵੇਂ ਕਿ ਆਪਣਾ ਸੂਰਜ ਹੋ ਗਿਆ ਚੰ드ਰਮਾ ਹੋ ਗਿਆ ਠੀਕ ਹੈ ਜਿੰਨੇ ਵੀ ਪਲੈਨੈਟਸ ਹੈ ਬੇਸਿਕਲੀ ਪਲੈਨੈਟਸ ਜਿੰਨੇ ਹੈ ਉਹਨਾਂ ਨਾਲ ਵੀ ਤੁਸੀਂ ਅਪੋਸਟ੍ਰੋਫ 's ਲਗਾ ਸਕਦੇ ਹੋ ਉਸ ਤੋਂ ਬਾਅਦ ਜਿੰਨੇ ਵੀ ਤੁਹਾਡੇ ਈਡੀਅਮਸ ਹੈ ਜਿੰਨੇ ਵੀ ਤੁਹਾਡੇ ਮੁਹਾਵਰੇ ਹੈ ਉਹਨਾਂ ਨਾਲ ਵੀ ਤੁਸੀਂ ਅਪੋਸਟ੍ਰੋਫ 's ਲਗਾ ਸਕਦੇ ਹੋ ਗੱਲ ਸਮਝ ਆ ਗਈ ਠੀਕ ਹੈ ਇਹ ਐਕਚੁਅਲ ਚ ਹੋਇਆ ਕਿਵੇਂ ਜਿਵੇਂ ਦੇਖੋ ਡੈਲੀਸ ਪੋਲੂਸ਼ਨ ਇੱਥੇ ਦਿੱਲੀ ਕੀ ਹੈ ਜਗ੍ਹਾ ਦਾ ਨਾਮ ਤੇ ਕਹਿੰਦੇ ਨਾ ਤੁਸੀਂ ਲਗਾ ਸਕਦੇ ਹੋ ਇੰਡੀਆ ਵੀ ਕੀ ਹੈ ਜਗ੍ਹਾ ਦਾ ਨਾਮ ਤੁਸੀਂ ਇਹਦੇ ਨਾਲ ਵੀ ਲਗਾ ਸਕਦੇ ਹੋ ਡੇ ਕੀ ਹੈ ਤੁਹਾਡਾ ਟਾਈਮ ਇਹਦੇ ਨਾਲ ਲਗਾ ਸਕਦੇ ਹੋ ਸਨ ਕੀ ਹੈ ਤੁਹਾਡਾ ਪਲੈਨਟ ਇਹਦੇ ਨਾਲ ਵੀ ਲਗਾ ਸਕਦੇ ਹੋ ਮੂਨ ਕੀ ਹੈ ਪਲੈਨਟ ਇਹਦੇ ਨਾਲ ਵੀ ਲਗਾ ਸਕਦੇ ਹੋ ਐਟ ਐਨ ਆਰਮਸ ਲੈਂ ਤੇ ਇਹ ਕੀ ਹੈ ਤੁਹਾਡਾ ਮੁਹਾਵਰਾ ਠੀਕ ਹੈ ਇਹਦੇ ਨਾਲ ਵੀ ਤੁਸੀਂ ਐਪੋਸਟ੍ਰੋਫੀ ਐਸ ਲਗਾ ਸਕਦੇ ਹੋ ਹੁਣ ਨੈਕਸਟ ਹੀ ਹੈ ਤੁਹਾਡਾ ਪਰਸੋਨਿਫਿਕੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈ ਬੜੇ ਧਿਆਨ ਕੇ ਸੁਨਣਾ ਪਰਸੋਨਿਫਿਕੇਸ਼ਨ ਦਾ ਮਤਲਬ ਹੁੰਦਾ ਹੈ ਮਾਨਵੀਕਰ ਪਰਸੋਨਿਫਿਕੇਸ਼ਨ ਦਾ ਮਤਲਬ ਕੀ ਹੁੰਦਾ ਹੈ ਜਦੋਂ ਆਪਾਂ ਨੋਨ ਲਿਵਿੰਗ ਚੀਜ਼ਾਂ ਨੂੰ ਕਿਵੇਂ ਟਰੀਟ ਕਰਦੇ ਆ ਲਿਵਿੰਗ ਦੀ ਤਰ੍ਹਾਂ ਤੁਸੀਂ ਬਹੁਤ ਵਾਰੀ ਹੋਏਗਾ ਕਿ ਤੁਹਾਡਾ ਫੋਨ ਚਲਾਉਂਦੇ ਚਲਾਉਂਦੇ ਹੈਂਗ ਹੋ ਜਾਏਗਾ ਤੁਸੀਂ ਉਹਨੂੰ ਕੀ ਕਹਿੰਦੇ ਹੋ ਚੱਲ ਪਿਆ ਤੇਨੂੰ ਕੀ ਬਿਮਾਰੀ ਪੈ ਗਈ ਕਿਉਂ ਅੱਗੋਂ ਤੁਹਾਡਾ ਫੋਨ ਰਿਪਲਾਈ ਕਰਦਾ ਤੁਹਾਨੂੰ ਕਿ ਨਹੀਂ ਚੱਲਦਾ ਕੱਲਾ ਚੋਂ ਕਰਨਾ ਇਹ ਕੀ ਹੈ ਇਹ ਆਪਣਾ ਇਨਸਾਨਾ ਦਾ ਤਰੀਕਾ ਹੈ ਆਪਾਂ ਨੋ ਲਿਵਿੰਗ ਚੀਜ਼ਾਂ ਨੂੰ ਵੀ ਕਿਵੇਂ ਟਰੀਟ ਕਰਦੀਆਂ ਲਿਵਿੰਗ ਦੀ ਤਰ੍ਹਾਂ ਹੈਨਾ ਜਿਵੇਂ ਕਿ ਮਤਲਬ ਗਰਸ ਨੂੰ ਆदत ਹੁੰਦੀ ਹੈ ਟੈਡੀ ਬੀਅਰਸ ਵਗੈਰਾ ਰੱਖ ਕੇ ਸੋ ਜਾਂਦੀਆਂ ਉਹਨਾਂ ਨੇ ਐ ਟਰੀਟ ਕਰਨਗੇ ਜਿਵੇਂ ਲਿਵਿੰਗ ਹੁੰਦੀ ਹੈ ਕਿਉਂ ਲਿਵਿੰਗ ਹੁੰਦੇ ਹੈ ਨਹੀਂ ਇਹ ਕੀ ਹੈ ਇਹ ਮਾਨਵਿਕਰਨ ਹੈ ਜਿਵੇਂ ਕਿ ਮੁੰਡਿਆਂ ਚ ਆदत ਹੁੰਦੀ ਆਪਣੇ ਬਾਈਕ ਨੂੰ ਐ ਸਮਾਂ ਸਮਾਲ ਕੇ ਚਮਕਾ ਚਮਕਾ ਕੇ ਰੱਖਣਗੇ ਹੈਨਾ ਜਿਵੇਂ ਕਿ ਪਤਾ ਨਹੀਂ ਕਿੰਨਾ ਹੀ ক্লোਜ਼ ਪਰਸਨ ਹੋਵੇ ਉਹਨਾਂ ਦੇ ਪਰ ਐਕਚੁਅਲ ਜੋ ਕੀ ਹੈ ਨੋ ਲਿਵਰ ਚੀਜ਼ਾਂ ਜਦੋਂ ਉਹ ਜਿਵੇਂ ਕਿ ਆਪਾਂ ਕਹ ਦਿੰਦੇ ਨੇ ਦੀਵਾਲੀ ਆ ਰਹੀ ਹੈ ਆਪਾਂ ਨਾਰਮਲੀ ਬੋਲਦੇ ਆ ਦਿਵਾਲੀ ਆ ਰਹੀ ਐ ਕੁ ਵਿਚਨ ਵਾਲਾ ਹੋਵੇ ਕਿੱਥੋਂ ਆ ਰਹੀ ਐ ਕਿੱਥੇ ਗਈ ਸੀ ਆਪਾਂ ਕਹਿੰਦੇ ਆ ਨਾ ਅੱਛਾ ਪੰਡਿਤ ਕਹ ਜਾਂਦੇ ਆ ਤੁਹਾਡਾ ਸ਼ਨੀ ਪਾਰੀ ਐ ਤੁਹਾਡਾ ਮੰਗਲ ਪਾਰੀ ਐ ਵਿਚਾਰੇ ਉਹ ਕਿੱਥੋਂ ਪਾਰੀ ਹੋ ਗਏ ਉਹ ਤਾਂ ਪਲੈਨੇਟ ਐ ਉਹਨਾਂ ਦਾ ਤਾਂ ਸੇਮ ਸਾਈਜ਼ ਐ ਉਹ ਹਲਕੇ ਪਾਰੀ ਥੋੜੇ ਹੁੰਦੇ ਐ ਇਹ ਕੀ ਐ ਇਹ ਮਾਨਵੀਕਰਨ ਐ ਜਦੋਂ ਆਪਾਂ ਨੌਨ ਲਿਵਿੰਗ ਚੀਜ਼ਾਂ ਨੂੰ ਕਿਵੇਂ ਟਰੀਟ ਕਰਦੇ ਹਾਂ ਲਿਵਿੰਗ ਦੀ ਤਰ੍ਹਾਂ ਤੇ ਠੀਕ ਐ ਜਦੋਂ ਆਪਾਂ ਪਰਸੋਨਿਫਿਕੇਸ਼ਨ ਦੀ ਗੱਲ ਕਰਦੇ ਆ ਉਹਦੇ ਨਾਲ ਜੀਆ ਪੋਸਟੋਫੀਆਸ ਲਗਾ ਸਕਦੀਆਂ ਜਿਵੇਂ ਪਿਛਲੀ ਐਗਜ਼ਾਮਪਲ ਦੇਖੋ ਕੋਰਟ ਆਰਡਰ ਮੈਨੂੰ ਇੱਕ ਗੱਲ ਦੱਸੋ ਕੋਰਟ ਕੀ ਹੁੰਦਾ ਹੈ ਕੋਰਟ ਕੀ ਹੁੰਦਾ ਹੈ ਕੋਰਟ ਇੱਕ ਬਿਲਡਿੰਗ ਹੈ ਜਿੱਕੇ ਜਿੰਦੇ ਵਿੱਚ ਜੱਜ ਬੈਠਦੇ ਆ ਫੈਸਲਾ ਸੁਣਾਉਂਦੇ ਆ ਕਿ ਕੋਈ ਵੀ ਬਿਲਡਿੰਗ ਆਰਡਰ ਦੇ ਸਕਦੀ ਹੈ ਕਦੇ ਐਵੇਂ ਹੋਇਆ ਕਿ ਹਾਂ ਇਸ ਰੂਮ ਨੇ ਆਰਡਰ ਦਿੱਤਾ ਹੈ কাল ਤੋਂ ਮੇਰੀ ਕਲਾਸ ਚ ਨਹੀਂ ਆਣਾ ਨਹੀਂ ਨਾ ਆਰਡਰ ਕੌਣ ਦੇਵੇਗਾ ਜਾਂ ਤਾਂ ਟੀਚਰ ਦੇਣਗੇ ਜਾਂ ਮੈਨੇਜਮੈਂਟ ਦੇਗੀ ਉਵੇਂ ਹੀ ਕੋਰਟ ਆਰਡਰ ਕੌਣ ਦੇਵੇਗਾ ਜੱਜ ਦੇਣਗੇ ਫਿਰ ਵੀ ਆਪਾਂ ਕੀ ਕਹਿੰਨੇ ਆ ਕੋਰਟ ਤੋਂ ਸਮਨ ਆਇਆ ਚਿੱਕਾ ਕੋਰਟ ਨੇ ਬੁਲਾਵਾ ਭੇਜਿਆ ਕੋਰਟ ਨੇ ਫੈਸਲਾ ਸੁਣਾਇਆ ਕੋਰਟ ਥੋੜੇ ਫੈਸਲਾ ਸੁਣਾ ਸਕਦਾ ਹੈ ਫੈਸਲਾ ਕੋਰਟ ਸੁਣਾਉਂਦਾ ਹੈ ਜੱਜ ਫੈਸਲਾ ਸੁਣਾਉਂਦੇ ਆ ਫਿਰ ਵੀ ਆਪਾਂ ਕਹਿੰਨੇ ਆ ਕਿ ਕੋਰਟ ਨੇ ਐਵੇਂ ਕੀਤਾ ਕੋਰਟ ਨੇ ਐਵੇਂ ਕੀਤਾ ਗੱਲ ਸਮਝ ਆ ਗਈ ਇਹ ਕੀ ਹੈ ਆਪਣਾ ਪਰਸੋਨਿਫਿਕੇਸ਼ਨ ਜਦੋਂ ਵੀ ਆਪਾਂ ਪਰਸੋਨਿਫਿਕੇਸ਼ਨ ਦੀ ਗੱਲ ਕਰਦੇ ਆ ਇਹਦੇ ਨਾਲ ਪੋਸਟ ਛੁੱਪੀ ਐ ਲੱਗਦਾ ਸਿੱਕੇ ਕਲੀਅਰ ਹੈ ਗੱਲ ਸਮਝ ਆ ਗਈ ਹਾਂਜੀ ਅਰਥ ਰੋਟੇਸ਼ਨ ਅਰਥ ਕੀ ਆਪਣਾ ਪਲੈਨਟ ਹੈ ਇਹਦੇ ਨਾਲ ਵੀ ਆਪਾਂ ਪੋਸਟ ਆਫ ਯੈਸ ਲਗਾ ਸਕਦੇ ਆ ਤੇ ਪੰਜ ਐਕਸੈਪਸ਼ਨ ਕੀ ਹੈ ਪਲੇਸ ਟਾਈਮ ਸੈਲੈਸਟੀਅਲ ਬੋਡੀ ਹੋਰ ਕੀ ਸੀਗਾ ਆਪਣਾ ਮੁਹਾਵਰੇ ਜਿੰਨੇ ਵੀ ਇਡੀਓਮੈਟਿਕ ਐਕਸਪ੍ਰੈਸ਼ਨ ਹੈ ਉਸ ਤੋਂ ਬਾਅਦ ਆਪਣਾ ਪਰਸੋਨੀਫਿਕੇਸ਼ਨ ਕਲੀਅਰ ਹੈ ਸਮਝ ਆ ਗਿਆ ਆਪਾਂ ਕਿੰਦੇ ਕਿੰਦੇ ਨਾਲ ਪੋਸਟ ਆਫ ਯੈਸ ਲਗਾ ਸਕਦੇ ਆ ਇੱਕ ਤਾਂ ਲਿਵਿੰਗ ਨਾਲ ਲਿਵਿੰਗ ਨਾਲ ਆਪਾਂ ਪੋਸਟ ਆਫ ਯੈਸ ਲਗਾਵਾਂਗੇ ਨੋਨ ਲਿਵਿੰਗ ਦੇ ਨਾਲ ਕਦੇ ਵੀ ਆਪੋਸਟੋਫੀ ਐਸ ਨਹੀਂ ਲੱਗੇਗਾ ਇਹਨਾਂ ਨਾਲ ਕਦੇ ਵੀ ਆਪੋਸਟੋਫੀ ਐਸ ਨਹੀਂ ਲੱਗੇਗਾ ਸਿਰਫ ਐਕਸੈਪਸ਼ਨ ਹੈ ਉਹ ਐਕਸੈਪਸ਼ਨ ਜਿਹੜੀਆਂ ਹਨ ਉਹਨਾਂ ਨਾਲ ਤੁਸੀਂ ਆਪੋਸਟੋਫੀ ਐਸ ਲਗਾ ਸਕਦੇ ਹੋ ਐਕਸੈਪਸ਼ਨ ਚਾਹੇ ਨੋਨ ਲਿਵਿੰਗ ਹੈ ਪਰ ਆਪਾਂ ਉਹਨਾਂ ਨਾਲ ਆਪੋਸਟੋਫੀ ਐਸ ਲਗਾ ਸਕਦੇ ਹਾਂ ਹਾਂਜੀ ਕਲੀਅਰ ਹੈ ਸਾਰੇ ਜਨਾਂ ਨੂੰ ਜਲਦੀ ਦੱਸੋ ਹਾਂਜੀ ਜਲਦੀ ਦੱਸੋ ਸਮਝ ਆਇਆ ਕਿ ਨਹੀਂ ਆਦਰ ਸਮਝ ਆ ਗਿਆ ਜਲਦੀ ਜੀ ਡਨ ਲਿਖੋ ਫਿਰ ਅੱਗੇ ਚੱਲ ਜੀ ਪਲੀਜ਼ ਵੀਡੀਓ ਨੂੰ ਲਾਈਕ ਕਰ ਦੋ ਯਾਰ ਕਿੰਨੇ ਜਣੇ ਲਾਈਵ ਹੋ ਪਰ ਲਾਈਕ ਨਹੀਂ ਕਰਦੇ ਵੀਡੀਓ ਨੂੰ ਨੋਟੀਫਿਕੇਸ਼ਨ ਚਲੋ ਹਾਂਜੀ ਚਲਿਏ ਅੱਗੇ ਸਮਝ ਆ ਗਿਆ ਸਭ ਨੂੰ ਨੈਕਸਟ ਹੈ ਪੋਸੈਸਿਵ ਕੇਸ ਬੇਸਡ ਔਨ ਸਾਊਂਡ ਹਨ ਆਵਾਜ਼ ਦੇ ਇਹ ਤਾਂ ਆਪਾਂ ਇਹ ਦੇਖ ਲਿਆ ਕਿ ਜਿੰਦਾ ਹੈ ਹੈ ਜਿੰਦਾ ਨਹੀਂ ਹੈ ਹੁਣ ਆਵਾਜ਼ ਦੇ ਅਕੋਰਡਿੰਗ ਕਿਵੇਂ ਪੋਸੈਸ਼ਨ ਲੱਗੇਗਾ ਠੀਕ ਹੈ ਜਿਵੇਂ ਕਿ ਅਗਰ ਤੁਹਾਡੇ ਕਿਸੇ ਵੀ ਨਾਉਨ ਚ ਐਸ ਸਾਊਂਡ ਨਹੀਂ ਆ ਰਹੀ ਅਗਰ ਤੁਹਾਡੇ ਕਿਸੇ ਵੀ ਨਾਉਨ ਚ ਐਸ ਸਾਊਂਡ ਨਹੀਂ ਆ ਰਹੀ ਜਿਵੇਂ ਮੈਂ ਕਵਾਂ ਪੂਜਾ ਪੂਜਾ ਦੇ ਪਿੱਛੇ ਐਸ ਸਾਊਂਡ ਆ ਰਹੀ ਹੈ ਨਹੀਂ ਮੈਂ ਕਵਾਂ ਰਾਮ ਰਾਮ ਦੇ ਪਿੱਛੇ ਐਸ ਸਾਊਂਡ ਆ ਰਹੀ ਹੈ ਨਹੀਂ ਮੈਂ ਕਵਾਂ ਮੋਹਨ ਮੋਹਨ ਦੇ ਪਿੱਛੇ ਐਸ ਸਾਊਂਡ ਆ ਰਹੀ ਹੈ ਨਹੀਂ ਮੈਂ ਕਵਾਂ ਰੇਖਾ ਰੇਖਾ ਦੇ ਪਿੱਛੇ ਐਸ ਸਾਊਂਡ ਆ ਰਹੀ ਹੈ ਨਹੀਂ ਜਿਨਾ ਪਿੱਛੇ ਐਸ ਸਾਊਂਡ ਨਹੀਂ ਆਂਦੀ ਤੁਸੀਂ ਉਹਨਾਂ ਨਾਲ ਅਪੋਸਟ੍ਰੋਫੀ ਐਸ ਲਗਾ ਸਕਦੇ ਹੋ ਤੁਸੀਂ ਉਹਨਾਂ ਨਾਲ ਅਪੋਸਟ੍ਰੋਫੀ ਐਸ ਲਗਾ ਸਕਦੇ ਹੋ ਜਿਵੇਂ ਕਿ ਮੈਂ ਲਿਖਿਆ ਰਾਮਸ ਕਾਰ ਮੈਂ ਲਿਖਿਆ men we are ਮੈਂ ਲਿਖਿਆ children park ਕਿਉਂਕਿ ਇਹਨਾਂ ਦੇ ਪਿੱਛੇ ਐਸ ਸਾਊਂਡ ਨਹੀਂ ਆ ਰਹੀ ਪਰ ਅਗਰ ਕਿਸੇ ਨਾਉਨ ਦੇ ਪਿੱਛੇ ਐਸ ਸਾਊਂਡ ਆ ਰਹੀ ਹੋਵੇ ਜਿਵੇਂ ਕਿ 파रस ਵਿਕਾਸ ਇਹਦੇ ਪਿੱਛੇ ਐਸ ਸਾਊਂਡੇ ਬეკਰੀਆ 파रस ਪਿੱਛੇ ਕਿਹੜੀ ਸਾਊਂਡ ਹੈ ਐਸ ਸਾਊਂਡ ਮੈਕਰੀਅਰ ਵਿਕਾਸ ਵਿੱਚ ਕਿਹੜੀ ਸਾਉਂਡ ਹੈ ਐਸ ਸਾਉਂਡ ਹੈ ਜਿਨ੍ਹਾਂ ਪਿੱਛੇ ਐਸ ਸਾਉਂਡ ਆਏਗੀ ਉਹਦੇ ਨਾਲ ਤੁਸੀਂ ਅਪੋਸਟ੍ਰੋਫ ਐਸ ਨਹੀਂ ਲਗਾਣਾ ਤੁਸੀਂ ਕੱਲਾ ਕੀ ਲਗਾਣਾ ਹੈ ਅਪੋਸਟ੍ਰੋਫ ਕੱਲਾ ਕੀ ਲਗਾਣਾ ਹੈ ਅਪੋਸਟ੍ਰੋਫ ਉਹਦਾ ਕਾਰਨ ਕੀ ਹੈ ਕਾਰਨ ਸਮਝੋ ਅੱਛਾ ਇਹਨੂੰ ਬੋਲ ਕੇ ਦਿਖਾਓ ਇਹਨੂੰ ਬੋਲ ਕੇ ਦਿਖਾਓ ਸਾਰੇ ਜਣ ਬੋਲੋ ਤੂ ਤਨਿਕ ਵਾਸ ਸੁਣਾਈ ਦੇ ਰਹੀ ਹੈ ਦੁਬਾਰਾ ਬੋਲੋ ਸਾਰੇ ਜਣ ਅਜਿਹੀ ਸਵਾਜਨਾ ਇਹਨੂੰ ਕੀ ਬੋਲਦੀ ਹੈ ਹਿਸਿੰਗ ਸਾਉਂਡ ਇਹਨੂੰ ਕੀ ਬੋਲਦੀ ਹੈ ਹਿਸਿੰਗ ਸਾਉਂਡ ਜਦੋਂ ਵੀ ਕਿਸੇ ਵਰਡ ਦੇ ਪਿੱਛੇ ਐਥ ਲੱਗਾ ਹੁੰਦਾ ਹੈ ਅਗਰ ਆਪਾਂ ਉਹਦੇ ਨਾਲ ਅਪੋਸਟ੍ਰੋਫ ਯਸ ਲਗਾਉਣ ਦੀ ਕੋਸ਼ਿਸ਼ ਕਰਦੀਆਂ ਤਾਂ ਕਿਹੜੀ ਆਵਾਜ਼ ਆਉਂਦੀ ਹੈ ਹਿਸਿੰਗ ਸਾਉਂਡ ਆਉਂਦੀ ਹੈ ਇੰਗਲਿਸ਼ ਕਹਿੰਦੀ ਤੁਸੀਂ ਹਿਸਿੰਗ ਸਾਉਂਡ ਨਹੀਂ ਕੱਢਣੀ ਤੁਸੀਂ ਐਸ ਲਗਾ ਕੇ ਬਚਾਏ ਕੱਲਾ ਕੀ ਲਗਾ ਦੋ ਕੋਮਾ ਅਗਰ ਤੁਸੀਂ ਕੱਲਾ ਅਪੋਸਟ੍ਰੋਫ ਵੀ ਲਗਾ ਦੋਗੇ ਨਾ ਸਾਹਮਣੇ ਵਾਲਾ ਸਮਝ ਜਾਈਗਾ ਤੁਸੀਂ ਕਿੰਦੀ ਗੱਲ ਕਰ ਰਹੇ ਹੋ ਪੋਟੈਸ਼ੀਅਮ ਤੁਸੀਂ ਕਿੰਦੀ ਗੱਲ ਕਰ ਰਹੇ ਹੋ ਪੋਟੈਸ਼ੀਅਮ ਦੀ ਮਤਲਬ ਤੁਸੀਂ ਐਸਾ ਚੀਜ਼ ਨੂੰ ਕਿਵੇਂ ਲਿਖ ਸਕਦੇ ਹੋ ਤੁਸੀਂ ਐਸਾ ਚੀਜ਼ ਨੂੰ ਐਵੇਂ ਲਿਖ ਸਕਦੇ ਹੋ ਪਰਸਕਾਰ ਸਾਮਨੇ ਵਾਲਾ ਸਮਝੇਗਾ ਤੁਸੀਂ ਇਹ ਕਹਿਣਾ ਚਾ ਰਹੇ ਹੋ ਕਿ ਉਹ ਕਾਰ ਕਿੰਦੀ ਹੈ ਪਰਸ ਦੀ ਕਲੀਅਰ ਹੈ ਹਾਂਜੀ ਜਲਦੀ ਦੱਸੋ ਸਮਝ ਆਇਆ ਕਿ ਨਹੀਂ ਆਇਆ ਹੁਣ ਜੇ ਵੀ ਕੀ ਮੈਂ ਤੁਹਾਨੂੰ ਕਹਾਂ ਇਹ ਚੀਜ਼ ਠੀਕ ਹੈ ਜਾਂ ਨਹੀਂ ਆਚੀ ਠੀਕ ਹੈ ਕਿ ਨਹੀਂ ਗਲਤ ਹੈ ਕੋਕੀ ਚਾਦ ਨੂੰ ਬੋਲਣ ਦੀ ਕੋਸ਼ਿਸ਼ ਕਰਦੇ ਆ ਆਪਾਂ ਨੂੰ ਦਿੱਕਤ ਹੁੰਦੀ ਹੈ ਹੀ ਸਿੰਘ ਸਾਉਂਡ ਆਉਂਦੀ ਹੈ ਤਾਂ ਆਪਾਂ ਇਹ ਚੀਜ਼ ਨੂੰ ਕਿਵੇਂ ਲਿਖ ਸਕਦੇ ਆ ਵਿਕਾਰ ਟੈਂਟ ਕਲੀਅਰ ਹੈ ਸਭ ਅਚ ਆ ਗਿਆ ਹਾਂਜੀ ਸਮਝ ਆ ਗਿਆ ਚਲ ਕਾਂਸੋਨੈਂਟ ਵੌਲ ਦਾ ਰੋਲਾ ਨਹੀਂ ਕਹੇ ਥੇ ਇਥੇ ਗੱਲ ਇਹ ਹੈ ਕਿ ਜਿਹੜੇ ਵਰਡ ਆਪਾਂ ਕਿਹਾ ਕਿ ਜਿੰਨੇ ਵੀ ਲਿਵਿੰਗ ਹੈ ਜਿੰਨੇ ਵੀ ਇਨਸਾਨ ਆ ਆਪਾਂ ਸਾਰੇ ਇਨਸਾਨ ਆ ਆਪਣੇ ਨਾਲ ਪੋਸਟ ਆਫ ਯਸ ਆਏਗਾ ਇੱਥੇ ਗੱਲ ਖਤਮ ਹੋ ਗਈ ਪਰ ਗੱਲ ਇਹ ਹੈ ਕਿ ਜਦੋਂ ਆਪਣੇ ਨਾਮ ਲੈਣ ਦੀ ਵਾਰੀ ਆਉਂਦੀ ਹੈ ਤੁਸੀਂ ਵੀ ਇਨਸਾਨ ਮੈਂ ਵੀ ਇਨਸਾਨ ਹੁਣ ਮੇਰਾ ਨਾਮ ਆ ਮੈਂ ਪੁੱਛਾਂ ਮੇਰੇ ਨਾਮ ਦੇ ਪਿੱਛੇ ਐਸ ਸਾਊਂਡ ਆ ਰਹੀ ਹੈ ਨਹੀਂ ਆ ਰਹੀ ਤਾਂ ਮੈਂ ਪੋਸਟ ਆਫ ਐਸ ਲਗਾ ਸਕਦੀ ਆ ਹੁਣ ਇੱਕ ਬੰਦਾ ਜਿਹਦਾ ਨਾਮ ਵਿਕਾਸ ਹੈ ਉਹਦੇ ਪਿੱਛੇ ਤਾਂ ਐਥ ਸਾਊਂਡ ਆ ਰਹੀ ਹੈ ਨਾ ਹੁਣ ਉਹਦੇ ਨਾਲ ਮੈਂ ਜਦੋਂ ਪੋਸਟ ਆਫ ਐਸ ਲਗਾਵਾਂਗੀ ਤਾਂ ਉਹ ਤਾਂ ਡਬਲ ਐਸ ਆਵਾਜ਼ ਹੋਗੀ ਤਾਂ ਉਹਦੇ ਚ ਦਿੱਕਤ ਆਏਗੀ ਬੋਲਣ ਚ ਇਸ ਕਰਕੇ ਉਹ ਦਿੱਕਤ ਨਾ ਆਵੇ ਉਹ ਕਹਿੰਦੇ ਜਿਨ੍ਹਾਂ ਦੇ ਨਾਮ ਦੇ ਪਿੱਛੇ ਐਥ ਸਾਊਂਡ ਹੁੰਦੀ ਹੈ ਜਾਂ ਜਿਹੜੇ ਵਰਡਸ ਦੇ ਪਿੱਛੇ ਐਸ ਸਾਊਂਡ ਆਲਰੇਡੀ ਹੈ ਉਹ ਦੁਬਾਰਾ ਐਸ ਨਾ ਲਗਾਓ ਠੀਕ ਹੈ ਸਮਝ ਆ ਗਿਆ ਹਾਂਜੀ ਕਲੀਅਰ ਹੈ ਚਲੋ ਹਾਂਜੀ ਨੈਕਸਟ ਦੇਖੋ ਆਹ ਕੁਐਸਚਨਸ ਐ ਤੁਸੀਂ ਮੈਨੂੰ ਦੱਸਣੇ ਐ ਇੱਕ ਲਿਖਿਆ ਹੈ ਕੈਂਡੀਡੇਟਸ ਲਿਸਟ ਇੱਕ ਲਿਖਿਆ ਹੈ ਕੈਂਡੀਡੇਟਸ ਲਿਸਟ ਇੱਕ ਲਿਖਿਆ ਹੈ ਕੈਂਡੀਡੇਟਸ ਲਿਸਟ ਹੁਣ ਤੁਸੀਂ ਮੈਨੂੰ ਦੱਸਣਾ ਕਿ ਇਹਨਾਂ ਵਿੱਚੋਂ ਕਿਹੜਾ ਠੀਕ ਐ ਠੀਕ ਐ ਆਈ ਐੇ ਨਹੀਂ ਗਈ ਗਲਤੀ ਨਾਲ ਲਿਖਿਆ ਹੋਇਆ ਐ ਹੁਣ ਤੁਸੀਂ ਦੱਸੋ ਇਹਨਾਂ ਤਿੰਨਾਂ ਵਿੱਚੋਂ ਕਿਹੜਾ ਠੀਕ ਐ ਧਿਆਨ ਨਾਲ ਦੇਖ ਲਓ ਹਾਂਜੀ ਤੁਸੀਂ ਮੈਨੂੰ ਦੱਸਣਾ ਕਿ ਇਹਨਾਂ ਤਿੰਨਾਂ ਵਿੱਚੋਂ ਕਿਹੜਾ ਠੀਕ ਐ ਹਾਂਜੀ ਅੱਛਾ ਇਹ ਕਿਉਂ ਗਲਤ ਹੈ ਆਹ ਵਾਲਾ ਕਿਉਂ ਗਲਤ ਹੈ ਦੇਖੋ ਕਿਹੜੀ ਚੀਜ਼ ਸਹੀ ਹੈ ਇਹ ਨਹੀਂ ਮੈਟਰ ਕਰਦਾ ਕਿਹੜੀ ਚੀਜ਼ ਗਲਤ ਹੈ ਉਹ ਕਿਉਂ ਗਲਤ ਹੈ ਇਹ ਮੈਟਰ ਕਰਦਾ ਹੈ ਹਾਂਜੀ ਇਹ ਗਲਤ ਕਿਉਂ ਹੈ ਹਾਂ ਦੇਖੋ ਲਿਸਟ ਦੀ ਗੱਲ ਕਰਾਂ ਕਿ ਮੈਂ ਇੱਕ ਬੱਚੇ ਦੀ ਲਿਸਟ ਬਣਾ ਸਕਦੀ ਹਾਂ ਨਹੀਂ ਤੇ ਇੱਥੇ ਤਾਂ ਲਿਖਿਆ ਕੈਂਡੀਡੇਟ ਇੱਕ ਬੱਚਾ ਤੇ ਇੱਕ ਬੱਚੇ ਦੀ ਲਿਸਟ ਹੋ ਨਹੀਂ ਸਕਦੀ ਇਸ ਕਰਕੇ ਇਹ ਗਲਤ ਹੈ ਇਹ ਕਿ ਗਲਤ ਹੈ ਕਿਉਂਕਿ ਇੱਥੇ ਹਿਸਿੰਗ ਸਾਊਂਡ ਆਏਗੀ ਇੱਥੇ ਕਿਹੜੀ ਸਾਊਂਡ ਆਏਗੀ ਹਿਸਿੰਗ ਸਾਊਂਡ ਆਏਗੀ ਇਸ ਲਈ ਗਲਤ ਹੈ ਪਰ ਇਹ ਕਹਿਣਾ ਠੀਕ ਹੈ ਇੱਕ ਤੇ ਕੈਂਡੀਡੇਟਸ ਹੋ ਗਿਆ ਬਹੁਤ سارے ਕੈਂਡੀਡੇਟ ਹੋਗੇ ਉਪਰੋਂ ਆਪਾਂ ਕੀ ਲਗਾਤਾ ਕੱਲਾ ਕੋਮਾ ਥੈਟ ਮੀਨਸ ਇਹ ਬਿਲਕੁਲ ਸਹੀ ਹੈ ਹਾਂਜੀ ਆ ਲਿਖਿਆ ਮੈਂ ਗਵਰਨਮੈਂਟ ਵੌਇਸ 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 ਸੀਨੀਅਰ ਸੈਕੰਡਰੀ ਸਕੂਲ ਇਹਨਾਂ ਤਿੰਨਾਂ ਵਿੱਚੋਂ ਕਿਹੜਾ ਠੀਕ ਹੈ ਹਾਂਜੀ ਜਲਦੀ ਦੱਸੋ ਇਹਨਾਂ ਤਿੰਨਾਂ ਵਿੱਚ ਕਿਹੜਾ ਠੀਕ ਹੈ ਸੈਕੰਡ ਹਾਂਜੀ ਇਹ ਕਿਉਂ ਗਲਤ ਹੈ ਕਿਉਂਕਿ ਸਕੂਲ ਕਿਸੇ ਇੱਕ ਮੁੰਡੇ ਦਾ ਤਾਂ ਹੋ ਨਹੀਂ ਸਕਦਾ ਠੀਕ ਹੈ ਹਾਂਜੀ ਇਹ ਕਿਉਂ ਗਲਤ ਹੈ ਕਿਉਂਕਿ ਇਹਦੇ ਵਿੱਚ ਇੱਕ ਰਿੰਗ ਸਾਊਂਡ ਹੈ ਤਾਂ ਸਹੀ ਕਿਹੜਾ ਹੋਏਗਾ ਸੈਕਿੰਡ ਕਲੀਅਰ ਹੈ ਹਾਂਜੀ ਸਮਝ ਆਇਆ ਕਿ ਨਹੀਂ ਆਇਆ ਸਮਝ ਆ ਗਿਆ ਸਭ ਨੂੰ ਸਮਝ ਆ ਗਿਆ ਪੱਕੀ ਗੱਲ ਹੈ ਜਲਦੀ ਜੀ ਦੇਖ ਲਓ ਅਗਰ ਇਹਦੇ ਵਿੱਚ ਕੋਈ ਵੀ ਦਿੱਕਤ ਹੈ ਦੱਸੋ ਨਹੀਂ ਤਾਂ ਫਿਰ ਅੱਗੇ ਚੱਲੀਏ ਹਾਂਜੀ ਸਾਰੇ ਜਣੇ ਜਲਦੀ ਜੀ ਦੇਖੋ ਵੈਰੀ ਗੁੱਡ ठीक है समझ आ गया चलिए अगे चलो हां अगे आ जाओ है नाउन नंबर हूं आप नाउन नाउंड नंबर भी मतलब नाउ चुलर प्लूरल क्यों हों ਕਿਵੇਂ ਨਾਉਨ ਸਿੰਗੂਲਰ ਬੰਦਦੇ ਆ ਕਿਵੇਂ ਨਾਉਨ ਪਲੂਰਲ ਬੰਦਦੇ ਆ ਦੇਖੋ ਜਦੋਂ ਨਾਉਨ ਨੰਬਰ ਸੀ ਗੱਲ ਕਰਾਂ ਤਾਂ ਨਾਉਨ ਨੰਬਰ 2 ਤਰ੍ਹਾਂ ਦੇ ਹੋ ਸਕਦੇ ਆ ਜਾਂ ਤਾਂ ਸਿੰਗੂਲਰ ਹੋਣਗੇ ਜਾਂ ਪਲੂਰਲ ਹੋਣਗੇ ਸਿੰਗੂਲਰ ਮਤਲਬ ਇੱਕ ਹੋਣਗੇ ਪਲੂਰਲ ਮਤਲਬ ਇੱਕ ਤੋਂ ਜ਼ਿਆਦਾ ਹੋਣਗੇ ਠੀਕ ਹੈ ਹੋਂ ਦੇਖੋ ਸਭ ਤੋਂ ਪਹਿਲਾ ਰੂਲ ਕੀ ਹੈ ਕੁਝ ਨਾਉਨ ਐਵੇਂ ਦੇ ਹੁੰਦੇ ਆ ਜਿਨ੍ਹਾਂ ਪਿੱਛੇ ਤੁਹਾਨੂੰ ਕੀ ਲਿਖਿਆ ਮਿਲੇਗਾ ਐਫ ኢ ਐਫ ਬਾਰੇ ਧਿਆਨ ਕੇ ਸੁਣੋ ਕੁਝ ਨਾਉਨ ਕੁਝ ਵਰਡਸ ਐਵੇਂ ਦੇ ਹੋਣਗੇ ਜਿਨ੍ਹਾਂ ਪਿੱਛੇ ਤੁਹਾਨੂੰ ਹਮੇਸ਼ਾ ਕੀ ਲਿਖਿਆ ਮਿਲੇਗਾ ਐਫ ਟੀ ਐਸ ਉਹ ਹਮੇਸ਼ਾ ਬਿਹੇਵੀਅਰ ਕਿਵੇਂ ਕਰਨਗੇ ਪਲੂਰਲ ਦੀ ਤਰ੍ਹਾਂ ਹਮੇਸ਼ਾ ਬਿਹੇਵੀਅਰ ਕਿਵੇਂ ਕਰਨਗੇ ਪਲੂਰਲ ਦੀ ਤਰ੍ਹਾਂ ਥੈਟ ਮੀਨਸ ਉਹਨਾਂ ਦਾ ਹੈਲਪਿੰਗ ਵਰਬ ਵੀ ਕਿਹੜੀ ਲੱਗੇਗੀ ਪਲੂਰਲ ਓਬਵੀਅਸਲੀ ਨਾ ਉਹਨਾਂ ਦਾ ਹੈਲਪਿੰਗ ਵਰਬ ਵੀ ਕਿਹੜੀ ਲੱਗੇਗੀ ਪਲੂਰਲ ਪਰ ਇਹਦੇ ਵਿੱਚ ਮੇਨ ਚੀਜ਼ ਕੀ ਹੈ ਇਹ ਐਵੇਂ ਦੇ ਵਰਡ ਹੈ ਜਿਨ੍ਹਾਂ ਨਾਲ ਤੁਸੀਂ ਚਾਹ ਕੇ ਵੀ ਐਸ ਟੀ ਐਸ ਨਹੀਂ ਹਟਾ ਸਕਦੇ ਇੱਕਰ ਤੁਸੀਂ ਚਾਹੋਗੇ ਵੀ ਨਾ ਕਿ ਅਸੀਂ ਇਹਦੇ ਚੋਂ ਐਸਾ ਹਟਾ ਦਈਏ ਤੁਸੀਂ ਨਹੀਂ ਹਟਾ ਸਕਦੇ ਜਿਵੇਂ ਕੀ ਆਪਾਂ ਕਹਿੰਨੇ ਆ ਜੀਨਸ ਆਪਾਂ ਕੀ ਕਹਿੰਨੇ ਆ ਜੀਨਸ ਤੁਸੀਂ ਜੀਨ ਤਾਂ ਨਹੀਂ ਕਹਿੰਦੇ ਆਪਾਂ ਕਹਿੰਨੇ ਆ ਸ਼ੂਜ਼ ਤੁਸੀਂ ਸ਼ੂ ਤਾਂ ਨਹੀਂ ਕਹਿੰਦੇ ਆਪਾਂ ਇਹਨਾਂ ਪਿੱਛੇ ਜਿਹੜਾ ਇੱਥੇ ਲਿਖਿਆ ਹੋਇਆ ਹੈ ਜੇ ਇਹਨਾਂ ਪਿੱਛੇ ਜੋ ਵੀ ਐਸ ਲਿਖਿਆ ਆਇਆ ਹੈ ਇਹ ਇਆ ਲਿਖਿਆ ਤੁਸੀਂ ਚਾਹ ਕੇ ਵੀ ਇਹਨਾਂ ਨੂੰ ਹਟਾ ਨਹੀਂ ਸਕਦੇ ਇਹਦੇ ਚ ਸਭ ਤੋਂ ਪਹਿਲਾਂ ਆਉਂਦਾ ਨੇਮ ਆਫ ਟੂਲ ਐਂਡ ਇਨਸਟਰੂਮੈਂਟ ਕੁਝ ਟੂਲ ਤੇ ਕੁਝ ਇਨਸਟਰੂਮੈਂਟ ਐਵੇਂ ਦੇ ਹੁੰਦੇ ਆ ਜਿਨ੍ਹਾਂ ਦੇ ਨਾਮ ਦੇ ਪਿੱਛੇ ਕੀ ਲਿਖਿਆ ਮਿਲੇਗਾ F E S ਤੁਸੀਂ ਇਹਨਾਂ ਨੂੰ ਨਹੀਂ ਹਟਾ ਸਕਦੇ ਜਿਵੇਂ ਕਿ ਸੀਦਰ ਸੀਦਰ ਦਾ ਮਤਲਬ ਕੈਂਸਲ ਠੀਕ ਹੈ ਕੋਈ ਤੁਸੀਂ ਦੇਖੋ ਜੀ ਯਾਦ ਕਰਨ ਦਾ ਤਰੀਕਾ ਕੀ ਹੈ ਜਿਵੇਂ ਟੀਜ਼ਰ ਹੈ ਇਹ ਜਿੰਨੇ ਵੀ ਐਲੀਮੈਂਟਸ ਹੋਣਗੇ ਇਹਨਾਂ ਨੂੰ ਅਗਰ ਤੁਸੀਂ ਡਿਵਾਈਡ ਕਰੋਗੇ ਤਾਂ ਇਹ ਦੋ ਹਿੱਸੇ ਆ ਚਿਕਲੇ ਆਣਗੇ ਇਹਨਾਂ ਦੇ ਦੋਨੋਂ ਹਿੱਸੇ ਸੇਮ ਹੋਣਗੇ ਜਿਵੇਂ ਜਿਵੇਂ ਮੈਂ ਕਿਹਾ ਈਅਰਿੰਗ ਅਪੇਅਰਿੰਗ ਬਣਨੇ ਆਪਨੇ ਈਅਰਿੰਗ ਦੋਨੋਂ ਸੇਮ ਹੁੰਦੇ ਆ ਆਪਾਂ ਗਲਵਸ ਬਣਨੇ ਆਪਨੇ ਗਲਵਸ ਦੋਨੋਂ ਸੇਮ ਹੁੰਦੇ ਆ ਸ਼ੂਜ਼ ਬਣਨੇ ਆ ਸ਼ੂਜ਼ ਦੋਨੋਂ ਸੇਮ ਹੁੰਦੇ ਆ ਇਹ ਉਹ ਚੀਜ਼ ਹੈ ਜਿਨ੍ਹਾਂ ਦੇ pair ਹਮੇਸ਼ਾ ਕੀ ਹੋਣਗੇ ਸੇਮ ਹੋਣਗੇ ਕੀ ਵਾਰੋ ਗਿਆ ਸਪੈਕਟਕਲ ਹੁਣ ਮੇਰੀ ਐਨਕ ਹੈ ਮੈਂ ਮਗਰਮ ਨਿਆਨਤ ਨੂੰ ਉੱਚੋ ਤੋੜ ਦਮ ਇਹਦੇ ਦੋਨੋਂ ਹਿੱਸੇ ਸੇਮ ਹੋਣਗੇ ਇਹ ਵਾਲਾ ਇਸ ਤਰ੍ਹਾਂ ਆਹ ਵਾਲਾ ਇਸ ਤਰ੍ਹਾਂ ਦੋਨੋਂ ਸੇਮ ਹੋਣਗੇ ਅਗਰ ਦੋਨੋਂ ਸੇਮ ਹੋਣਗੇ ਤਾਂ ਦੋਨਾਂ ਨੂੰ ਕੀ ਲਿਖਿਆ ਜਾਏਗਾ ਸਪੈਕਟਕਲਸ ਠੀਕ ਹੈ ਪਲਾਇਆ ਸਨ ਗਲਾਸ ਟੋਂਗ ਟੋਂਗਸ ਕਿੰਦਾ ਚਿਮਟਾ ਹੋ ਗਿਆ ਠੀਕ ਹੈ ਹੈਮਰ ਹੁਣ ਦੇਖੋ ਇੱਥੇ ਜਿਹੜਾ ਹੈਮਰ ਹੈ ਉਹ ਐਕਸੈਪਸ਼ਨ ਹੈ ਜਿਵੇਂ ਕਿ ਸਪੋਥ ਕਰਕੇ ਦੇਖੋ ਇਹ ਮੰਨ ਲਓ ਮੈਂ ਹੈਮਰ ਬਣਾ ਲਿਆ ਮੰਨ ਲਓ ਇਹ ਹੈਮਰ ਬਣਾ ਲਿਆ ਮੈਂ ਠੀਕ ਹੈ ਅਗਰ ਮੈਨੂੰ ਵਿੱਚੋ ਡਿਵਾਈਡ ਕਰਦਾ ਅਗਰ ਮੈਨੂੰ ਵਿੱਚੋ ਤੋੜਦਾ ਕਿ ਇਹਨਾਂ ਦੋਨੋਂ ਇਸੇ ਸੇਮ ਹੋਣਗੇ ਕਿ ਇਹਨਾਂ ਦੋਨੋਂ ਇਸੇ ਸੇਮ ਹੋਣਗੇ ਨਹੀਂ ਹੋਣਗੇ ਨਾ ਦੈਟ ਮੀਨਸ ਇਹ ਇਸ ਕੈਟਾਗਰੀ ਦਾ ਨਹੀਂ ਹੈ ਹੈਮਰ ਕੀ ਹੁੰਦਾ ਹੈ ਸਿੰਗੂਲਰ ਹੈਮਰ ਕੀ ਹੁੰਦਾ ਹੈ ਸਿੰਗੂਲਰ ਠੀਕ ਹੈ ਉਸ ਤੋਂ ਬਾਅਦ ਬਾਈਨੋਕਲਰਸ ਕੀ ਹੁੰਦੇ ਆ ਬਾਈਨੋਕਲਰਸ ਹੁੰਦੇ ਆ ਨਾ ਉਹ ਜਿਹੜੇ ਹੁੰਦੇ ਆ ਜਿੰ ਦੂਰਬੀਨ ਕਹਿੰਦੇ ਆਪਾਂ ਜਿਹਨੂੰ ਠੀਕ ਹੈ ਉਹ ਵੀ ਕੀ ਹੁੰਦੇ ਆ ਦੋ ਅਗਰ ਦੋ ਇਸੇ ਕਰ ਦੋਗੇ ਸੇਮ ਹੋਣਗੇ ਤੇ ਇਹ ਵੀ ਇਸ categories ਦਾ telescope ਪਰ ਨਈ ਵੀ एक्सेप्शन ਹੈ telescope ਕਿ ਹੁੰਦਾ ਜਿਹੜਾ ਸਿੰਗਲ ਹੁੰਦਾ ਉਹ ਤਾਂ ਸਿੰਗਲ ਹੈ ਉਹਨੂੰ ਵਿੱਚੋਂ ਤੋੜੋਗੇ ਕਿ ਦੋਨੋਂ ਹਿੱਸੇ ਸੇਮ ਹੋਣਗੇ ਨਹੀਂ ਹੋਣਗੇ ਤਾਂ ਮਤਲਬ ਇਹ ਇਸ categories ਦਾ ਨਹੀਂ ਹੈ goggles ਇਹ ਵੀ ਇਸ categories ਦਾ screw driver ਇਹ ਵੀ ਕੀ ਹੈ screw driver ਵੀ ਹੋਣੰਦੇ ਚ एक्सेप्शन ਹੈ screw driver ਜਿਹੜਾ ਹੁੰਦਾ ਉਹਨੂੰ ਵਿੱਚੋਂ ਤੋੜੋਗੇ ਤਾਂ ਦੋਨੋਂ ਹਿੱਸੇ ਸੇਮ ਨਹੀਂ ਹੋਣਗੇ ਕਲੀਅਰ ਹੈ ਸਮਝ ਆ ਗਿਆ ਦੇਖੋ ਇਹਨੂੰ ਯਾਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਜਦੋਂ ਵੀ ਐਵੇਂ ਦਾ ਕੁਸ਼ਚਨ ਆ ਜਾਏ ਤੁਸੀਂ ਆਪਣੇ ਆਪ ਤੋਂ ਇਹ ਪੁੱਛਣਾ ਕਿ ਇਹਦੇ ਦੋ ਹਿੱਸੇ ਕਰਨ ਚ ਦੋਨੋਂ ਹੀ ਸੇਮ ਹੋਣਗੇ ਅਗਰ ਸੇਮ ਹੋਣਗੇ ਤਾਂ 100% ਇਸ categories ਦਾ ਹੋਏਗਾ ਕਲੀਅਰ ਹੈ ਹਾਂਜੀ ਸਮਝ ਆਇਆ ਕਿ ਨਹੀਂ ਹਾਂਜੀ ਬੱਚਾ ਸਮਝ ਆਇਆ ਕਿ ਨਹੀਂ ਚਲੋ ਨੈਕਸਟ ਨੇਮ ਆਫ ਐਕਸੈਸਰੀ ਜਿਮੇ ਵੀ ਐਕਸੈਸਰੀ ਐਕਸੈਸਰੀ ਕੀ ਹੁੰਦੀ ਆ ਉਹ ਐਡੀਸ਼ਨਲ ਚੀਜ਼ਾਂ ਜਿਹਨੂੰ ਆਪਾਂ ਪਾਉਂਦੇ ਆ ਆਪਣੀ ਬਿਊਟੀ ਨੂੰ ਇਨਹਾਂਸ ਕਰਨ ਲਈ ਜਿਵੇਂ ਕਿ ਉਹ ਬੱਚੇ ਨੇ ਕੈਪ ਪਾਈ ਹੋਈ ਐ ਹਨਾ ਆਪਾਂ ਈਰਿੰਗਸ ਪਾਈ ਹੋਏ ਐ ਤੁਸੀਂ ਵਾਚ ਪਾਈ ਐ ਛੂੜੀਆਂ ਪਾਈਆਂ ਕੁਛ ਇਹ ਇਹ ਕੀ ਕਰ ਰਹੀ ਐ ਆਪਣੀ ਬਿਊਟੀ ਨੂੰ ਇਨਹਾਂਸ ਕਰ ਰਹੀ ਐ ਹਨਾ ਜਦੋਂ ਵੀ ਆਪਣੀ ਬਿਊਟੀ ਨੂੰ ਇਨਹਾਂਸ ਕਰਨ ਲਈ ਆਪਾਂ ਕੋਈ ਚੀਜ਼ਾਂ ਪਾਉਂਦੇ ਆ ਤਾਂ ਉਹ ਕੀ ਐ ਨੇਮ ਆਫ ਐਕਸੈਸਰੀਜ਼ ਜਿਵੇਂ ਕਿ ਬੈਂਗਲਸ ਬੈਂਗਲ ਨਹੀਂ ਕਹਿੰਦੇ ਆਪਾਂ ਆਪਾਂ ਬੈਂਗਲਸ ਬੋਲਦੇ ਆ ਕਦੇ ਵੀ ਐਵੇਂ ਬੋਲਦੇ ਬੈਂਗਲ ਹਮੇਸ਼ਾ ਕੀ ਬੋਲਦੇ ਹੋ ਬੈਂਗਲਸ ठीक है ईयरिंग ग्लव शूज सॉक्स चप्पल अच्छा चप्पल इंग्लिश का वर्ड है ठीक है हाई हाई हील्स स्टेलाटोस अच्छा देखो हाई हील्स इंग्लिश का वर्ड नहीं है हाई हील्स इंग्लिश आप नॉर्मल लाइफ से बोल दें इंग्लिश हाई हिल्स में बोलते हैं स्टेलाटोस अगर तुम दिल्ली गुड़गांव वर्गी जगह पर जाओगे ना उूम्स के बार लिखा होंगे स्टेलाटोस स्टेलाटोस का मतलब होंगे हाई हील्स तो कभी भी हाई हिल्स नहीं लिखते क्योंकि इंग्लिश का वर्ड नहीं है हाई हील्स तो ਠੀਕ ਹੈ ਇਹ ਕੀ ਹੈ ਸਲੰਗ ਲੈਂਗੁਏਜ ਹੈ ਜਿੰਨੂੰ ਤੁਸੀਂ ਬਸ ਬੋਲ ਦਿੰਦੇ ਹੋ ਪਰ ਇਹ ਇੰਗਲਿਸ਼ ਦਾ ਵਰਡ ਨਹੀਂ ਇੰਗਲਿਸ਼ ਦਾ ਵਰਡ ਕੀ ਹੈ ਸਟੈਲਾ ਟੋਸ ਠੀਕ ਹੈ ਬੈਲੀ ਚਰਟ ਕੀ ਹੁੰਦੀ ਹੈ ਗੋਲ ਗੋਲੇ ਰਿੰਗਸ ਹੁੰਦੇ ਹਨ ਜਿਹੜੇ ਆਪਾਂ ਬਣਨੇ ਆ ਉਹਨੂੰ ਬੋਲਦੇ ਆ ਚਰਟਸ ਠੀਕ ਹੈ ਸਲੀਪਰਸ ਇਹਨਾਂ ਸਾਰਾ ਅਗਰ ਤੁਸੀਂ ਗੌਰ ਕਰੋਗੇ ਇਹਨਾਂ ਸਾਰਿਆਂ ਦੇ ਵਿੱਚ ਕੀ ਲਿਖਿਆ ਹੋਇਆ ਹੈ ਐਸ ਕਲੀਅਰ ਹੈ ਤੁਸੀਂ ਚਾਕੇ ਵੀ ਇਹਨਾਂ ਵਿੱਚੋਂ ਐਸ ਨਹੀਂ ਕਾਟ ਸਕਦੇ ਠੀਕ ਹੈ ਸਮਝ ਆ ਗਿਆ ਹਾਂਜੀ ਬੱਚਾ ਸਭ ਆਇਆ ਕਿ ਨਹੀਂ ਔਨਲਾਈਨ ਵਾਲੋ ਮੈਂ ਫਿਰ ਮੇਰੀ ਸ਼ੋਪਿੰਗ ਤਾਂ ਰਹਿ ਜੋ ਮੈਨੂੰ ਤਾਂ ਪਤਾ ਹੀ ਡਰੈਸ ਆਈਟਮ ਉਹ ਚਾਹ ਰਿਹਾ ਪਤਾ ਨਹੀਂ ਹੋਣਾ ਨਾ ਹਾਂਜੀ ਡਰੈਸ ਆਈਟਮ ਡਰੈਸ ਆਈਟਮ ਚ ਦੇਖੋ ਅੰਗਰੇਜ਼ ਇਹ ਮੰਨਦੇ ਐ ਕਿ ਅਬੋਵ ਦੀ ਬੈਲਟ ਤੇ ਬਿਲੋ ਦੀ ਬੈਲਟ ਦੋ ਸਿਸਟਮ ਹੁੰਦੇ ਐ ਅਬੋਵ ਦੀ ਬੈਲਟ ਜਿੰਨੇ ਵੀ ਅਬੋਵ ਦੀ ਬੈਲਟ ਆਪਾਂ ਚੀਜ਼ਾਂ ਪਾਉਂਦੇ ਆ ਠੀਕ ਹੈ ਬੈਲਟ ਦੇ ਉੱਪਰ ਜਿੰਨੀਆਂ ਚੀਜ਼ਾਂ ਪਾਣੇ ਉਹ ਸਾਰੀਆਂ ਸਿੰਗੂਲਰ ਹੁੰਦੀਆਂ ਬਿਲੋ ਦੀ ਬੈਲਟ ਜਿੰਨੀਆਂ ਵੀ ਚੀਜ਼ਾਂ ਪਾਣੇ ਉਹ ਸਾਰੀਆਂ ਕੀ ਹੁੰਦੀਆਂ ਪਲੂਰਲ ਹੁੰਦੀਆਂ ਉਹਦੇ ਵਿੱਚ ਕੀ ਆ ਜਾਏਗਾ ਪੈਂਟ ਪੈਂਟਲੂਨ ਜੀਨਸ ਟਰਾਊਜ਼ਰ ਹਾਫ ਪੈਂਟ ਸ਼ਾਰਟਸ ਪਲਾਜ਼ੋਸ ਜੈਗਿੰਗਸ ਲੈਗਿੰਗਸ ਲੋਅਰ ਪਜਾਮਾ ਕੈਪਰੀਜ਼ ਸਾਰਿਆਂ ਦੇ ਵਿੱਚ ਕੀ ਲਿਖਿਆ ਹੋਇਆ ਹੈ ਐਸ ਇਹ ਸਾਰੇ ਸਾਰੇ ਕੀ ਹੈ ਪਲੂਰਲ ਮਤਲਬ ਇਹ ਜਿੰਨੀ ਵੀ ਕੈਟਾਗਰੀਜ਼ ਹੈ ਇਹ ਸਾਰੀਆਂ ਕੀ ਹੈ ਪਲੂਰਲ ਇਹ ਸਾਰੀਆਂ ਕੀ ਹੈ ਪਲੂਰਲ ਹਾਂਜੀ ਗਲਤ ਸਮਝ ਆਈ ਯਾਰ ਨਹੀਂ क्लियर है आगे चलिए सब बचाया सब बचाया मैम नेक्स्ट जेड़े बच्चे ने झूठ मारिया है? सिंगुलर हैमर सिंगुलर है अपना टेलीस्कोप सिंगुलर है स्क्रू ड्राइवर अपना सिंगुलर है ठीक है सीधा जो हिसाब है जिन्होंने डिवाइड करोगे सिमिट्री का लाइन ड्रॉ करोगे जड़ी चीजा सिमिट्री होएगी जिन्हा चाहिए ਉਹ ਸੇਮ ਹੋਣ ਗਿਆ ਉਹਨਾਂ ਨਾਲ ਐਸ ਸੀ ਐਸ ਲੱਗੇਗਾ ਅਦਰਵਾਈਜ਼ ਨਹੀਂ ਲੱਗੇਗਾ ਠੀਕ ਹੈ ਸੈਕਿੰਡ ਰੂਲ ਕੀ ਹੈ ਕੁਛ ਨਾਮ ਨਵੇਂ ਦੇ ਹੁੰਦੇ ਆ ਜਿਨ੍ਹਾਂ ਪਿੱਛੇ ਤੁਹਾਨੂੰ ਕੀ ਲਿਖਿਆ ਮਿਲੇਗਾ ਐਸ ਐਸ ਐਕਚੁਅਲ ਜੀ ਸਾਰਾ ਫੰਡਾ ਕੀ ਹੈ ਪਹਿਲਾਂ ਤੁਸੀਂ ਇਹ ਸਮਝੋ ਕਿ ਇਹ ਫੰਡਾ ਹੈ ਕੀ ਆਪਾਂ ਨੂੰ ਬਚਪਨ ਤੋਂ ਇੱਕ ਚੀਜ਼ ਸਿਖਾਈ ਗਈ ਕਿ ਹਾਂ ਜੀ ਜਿਹੜੀ ਚੀਜ਼ ਸਿੰਗਲ ਹੋਏਗੀ ਉਹਨੂੰ ਆਪਾਂ ਲਿਖਦੇ ਆ ਐਵੇਂ ਜਿਹੜੀ ਚੀਜ਼ ਪਲੂਰਲ ਹੋਏਗੀ ਉਹਨੂੰ ਆਪਾਂ ਲਿਖਦੇ ਆ ਐਵੇਂ ਹਾਂ ਜਾਂ ਨਾ ਇਹ ਹੀ ਸਿੱਖਿਆ ਆਪਾਂ ਕਿਹਾ ਬாய் ਕੈ ਬਾਇਸ ਜਦ ਹੈ ਇਹ ਹੀ ਸਿੱਖਿਆ ਬਚਪਨ ਤੋਂ ਇਹ ਚੀਜ਼ ਆਪਣੇ ਦਿਮਾਗ 'ਚ ਨਹੀਂ ਚੰਗੀ ਤਰ੍ਹਾਂ ਫੀੜ ਹੋ ਚੁੱਕੀ ਹੈ ਕਿ ਆਪਾਂ ਇਹ ਸੋਚਦੇ ਆ ਕਿ ਜਿਹੜੇ ਵਰਡ ਦੇ ਨਾਲ ਐਸ ਸੀ ਐਸ ਲੱਗਿਆ ਹਮੇਸ਼ਾ ਕੀ ਹੋਏਗਾ ਪਲੂਰਲ ਹੋਏਗਾ ਪਰ ਇਹ ਚੀਜ਼ ਸੱਚ ਨਹੀਂ ਹੈ ਦੇਖੋ ਹੁਣ ਰੂਲ ਨੰਬਰ 2 ਕੀ ਕਹਿੰਦਾ ਹੈ ਕੁਝ ਨਾਉਨ ਐਵੇਂ ਦੇ ਹੁੰਦੇ ਜਿਨ੍ਹਾਂ ਨਾਲ ਐਫ ਆ ਐਸ ਲੱਗਾ ਹੁੰਦਾ ਸਟਿਲੋ ਕੀ ਹੁੰਦੀ ਹੈ ਸਿੰਗੂਲਰ ਸਟਿਲੋ ਕੀ ਹੁੰਦੀ ਹੈ ਸਿੰਗੂਲਰ ਅਗਰ ਸਿੰਗੂਲਰ ਹੈ ਤਾਂ ਹੈਲਪਿੰਗ ਵਰਬ ਵੀ ਕਿਹੜੀ ਲੱਗੇਗੀ ਸਿੰਗੂਲਰ ਇੰਦਰ ਵਿੱਚ ਸਭ ਤੋਂ ਪਹਿਲੀ ਕੈਟਾਗਰੀ ਕੀ ਹੈ ਨੇਮ ਆਫ ਬੁక్స్ ਸਭ ਤੋਂ ਪਹਿਲੀ ਕੈਟਾਗਰੀ ਕੀ ਹੈ ਨੇਮ ਆਫ ਬੁక్స్ ਠੀਕ ਹੈ ਦੇਖੋ ਥੋੜਾ ਜਿਹਾ ਜ਼ੂਮ ਕਰਦੇ ਹਾਂ ਤਾਂ ਕਿ ਤੁਹਾਨੂੰ ਕਲੀਅਰਲੀ ਦਿਖੇ ਹਾਂਜੀ ਆਜੋ ਜਿਵੇਂ ਕਿ ਇੱਥੇ ਲਿਖਿਆ ਗੋਲੀਵਰ ਟਰੈਵਲਸ ਇਜ਼ ਆ ਇੰਟਰਸਟਿੰਗ ਲਿੰਗੁਇਸਟਿਕ ਇੰਟਰਸਟਿੰਗ ਆ ਨਾ ਸੀ ਗਲਤੀ ਨਾਲ ਇੰਟੈਰੋਗੇਟਿਵ ਲਿਖਿਆ ਹੋਇਆ ਹੈ ਹਾਂਜੀ ਇੱਥੇ ਰੱਖੋ ਟਰੈਵਲਸ ਚਲੋ ਤੁਸੀਂ ਇਹ ਸਮਝੋ ਲੈ ਇਤਿਆ ਨਹੀਂ ਹੈਗਾ ਠੀਕ ਹੈ ਗਲਤੀ ਨਾਲ ਲਿਖਿਆ ਹੋਇਆ ਹੈ ਟਾਈਪਿੰਗ ਮਿਸਟੇਕ ਹੈ ਗੋਲੀਵਰ ट्रैवलਸ ਪਿੱਛੇ ਕੀ ਲਿਖਿਆ ਹੋਇਆ ਹੈ ਐਸ ਪਰ ਇਹਦਾ ਮਤਲਬ ਇਹ ਨਹੀਂ ਕਿ ਇਹ ਪਲੂਰਲ ਹੈ ਇਹ ਕੀ ਹੈ ਇੱਕ ਬੁੱਕ ਦਾ ਨਾਮ ਹੈ ਜਿੰਨੇ ਵੀ ਬੁੱਕਸ ਦੇ ਨਾਮ ਹੁੰਦੇ ਆ ਸਾਰੇ-ਸਾਰੇ ਕੀ ਹੁੰਦੇ ਆ ਸਿੰਗੂਲਰ ਸਾਰੇ-ਸਾਰੇ ਕੀ ਹੁੰਦੇ ਆ ਸਿੰਗੂਲਰ ਕਲੀਅਰ ਹੈ नंबर चेंज करना हो देखो अगर तू तो दसना है ना कि तुम कि पेयर ले रहे हो मान लो मैं किसी ने दसना है कि मैं जीन्स का एक पेयर बाजारों लेके आई या मैं दो पेयर लेके मैं कि लिखागी अ पेयर ऑफ जीन्स ठीक है टू पेयर ऑफ जीन्स अ पेयर ऑफ सॉक्स टू पेयर ऑफ सॉक्स थ्री पेयर ऑफ सॉक्स गल समझ आ गई हाँ जी ਨੈਕਸਟ ਕੋ ਨੇਮ ਆਫ ਸਬਜੈਕਟ ਆਪਣੇ ਜਿੰਨੇ ਵੀ ਸਬਜੈਕਟ ਹੈ ਜਿਵੇਂ ਕਿ ਆਪਾਂ ਮੈਥਮੈਟਿਕਸ ਪੜ੍ਹਦੇ ਆ ਪਿੱਛੇ ਕੀ ਲਿਖਿਆ ਐ ਐ ਮੈਥਮੈਟਿਕਸ ਹੋ ਗਿਆ ਫਿਜ਼ਿਕਸ ਹੋ ਗਿਆ ਚਿਕਾ ਆਪਣੇ ਇਕਨੋਮਿਕਸ ਹੋ ਗਿਆ ਆਪਣਾ ਲਿੰਗੁਇਸਟਿਕਸ ਹੋ ਗਿਆ ਇਹਦਾ ਸਾਰਿਆਂ ਦੇ ਪਿੱਛੇ ਕੀ ਲਿਖਿਆ ਹੋਇਆ ਐ ਐ ਪਰ ਇਹ ਜਿਆਦਾ ਸਬਜੈਕਟ ਨਹੀਂ ਹੈ ਸਬਜੈਕਟ ਕੀ ਹੈ ਇੱਕ ਹੈ ਇਹਦਾ ਮਤਲਬ ਕਿ ਹਰ ਵਰਡ ਉਹ ਪਲੂਰਲ ਨਹੀਂ ਹੁੰਦਾ ਜਿੰਦੇ ਪਿੱਛੇ ਐਸੇ ਲਿਖਿਆ ਹੋਵੇ ਤੇ ਦੂਜੀ ਸੈਕੰਡ ਕੈਟਾਗਰੀ ਕੀ ਆ ਗਈ ਨੇਮ ਆਫ ਸਬਜੈਕਟ ਜਿਵੇਂ ਕਿ ਲਿਖਿਆ ਹੈ ਮੈਥਮੈਟਿਕਸ ਇਜ਼ ਆਰ ਇੰਟਰਸਟਿੰਗ ਹੁਣ ਇੱਥੇ ਇਜ਼ ਆਏਗਾ ਜਾਂ ਆਰ ਆਏਗਾ ਇਜ਼ ਆਏਗਾ ਹੁਣ ਇਹਦੇ ਵਿੱਚ ਅਦਰ ਐਗਜ਼ਾਮਪਲਸ ਕੀ ਆ ਗਿਆ ਪੋਲਿਟਿਕਸ ਇਕਨੋਮਿਕਸ ਐਥਿਕਸ ਸਾਰੇ ਪਿੱਛੇ ਕੀ ਲੱਗਾ ਹੋਇਆ ਹੈ ਐਸ ਪਰ ਸਾਰੇ ਸਾਰੇ ਕੀ ਹੈ ਸਿੰਗੂਲਰ ਸਾਰੇ ਸਾਰੇ ਕੀ ਹੈ ਸਿੰਗੂਲਰ ਨੈਕਸਟ ਕੀ ਹੈ ਨੇਮ ਆਫ ਡਿਸੀਜ਼ ਬਿਮਾਰੀਆਂ ਦੇ ਨਾਮ ਕੁਝ ਬਿਮਾਰੀਆਂ ਦੇ ਆਵੇ ਦੇ ਨਾਮ ਹੈ ਜਿਨ੍ਹਾਂ ਵਿੱਚ ਕੀ ਲਿਖਿਆ ਹੋਇਆ ਹੈ ਐਸ पर है कि सारी ये सारी सिंगुलर जिवे की मीजक माम्स रिके शिंगेल रैबिस ये सारी सारी की है सिंगुलर मतलब सारी डिसिडिस की हुंदी है सिंगुलर क्लियर है समझ आ गया नेक्स्ट नेम ऑफ कंट्री एंड ऑर्गेनाइजेशन कुछ कंट्रीया दे नाम कुछ ऑर्गेनाइजेशनस रे नाम जिना तो ਤੁਹਾਨੂੰ ਕਿ ਲਿਖਿਆ ਮਿਲੇਗਾ एफबीएफ जिवे की यूनाइटेड स्टेट्स पीछे की लिखा है एस ਹਰ ਹੈ ਕਿ ਸਿੰਗੂਲਰ ਵੈਸਟ ਇੰਡੀਸ ਪਿੱਛੇ ਕੀ ਲਿਖਿਆ ਹੋਇਆ ਹੈ ਐਸ ਪਰ ਹੈ ਕਿ ਸਿੰਗੂਲਰ ਠੀਕ ਹੈ ਜਿਵੇਂ ਕਿ ਯੂਨਾਈਟਿਡ ਨੇਸ਼ਨਸ ਪਿੱਛੇ ਕੀ ਲਿਖਿਆ ਹੋਇਆ ਹੈ ਐਸ ਪਰ ਹੈ ਕਿ ਸਿੰਗੂਲਰ ਹੈ ਸਭ ਅਚ ਆ ਗਿਆ ਹਾਂਜੀ ਸਮਝ ਆਇਆ ਕਿ ਨਹੀਂ ਨੈਕਸਟ ਨੇਮ ਆਫ ਸਪੋਰਟਸ ਕੁਝ ਗੇਮਸ ਦੇ ਨਾਮ ਹੁੰਦੇ ਆ ਜਿਨ੍ਹਾਂ ਪਿੱਛੇ ਐਸ ਲੱਗਾ ਹੁੰਦਾ ਪਰ ਹੁੰਦੀ ਆ ਕਿ ਇਹ ਸਿੰਗੂਲਰ ਜਿਵੇਂ ਕਿ ਚੈਸ ਪਿੱਛੇ ਐਸ ਲਿਖਿਆ ਹੈ ਟੈਨਿਸ ਠੀਕ ਹੈ ਬਿਲੀਆਰਡਸ ਜਿਨੂੰ ਆਪਾਂ ਸਨੋਕਸ ਵੀ ਬੋਲਦੇ ਆ ਚਿਕਨ ਅਸਟਰੀਆ ਦੇ ਪਿੱਛੇ ਕੀ ਐਸ ਪਰ ਹੈ ਕਿ ਸਿੰਗੂਲਰ ਮਤਲਬ ਸਾਰੇ ਗੇਮਸ ਦੇ ਨਾਮ ਡਿਸੀਜ਼ ਦੇ ਨਾਮ ਕੰਟਰੀ ਆਰਗੇਨਾਈਜੇਸ਼ਨ ਦੇ ਨਾਮ ਸਬਜੈਕਟ ਦੇ ਨਾਮ ਬੁక్స్ ਦੇ ਨਾਮ ਇਹ ਸਾਰੇ ਸਾਰੇ ਕੀ ਹੁੰਦੇ ਐ ਸਿੰਗੂਲਰ ਸਾਰੇ ਸਾਰੇ ਕੀ ਹੁੰਦੇ ਐ ਸਿੰਗੂਲਰ ਹਾਂਜੀ ਸਮਝ ਆਇਆ ਕਿ ਨਹੀਂ ਸਭ ਆ ਗਿਆ ਚਲ ਨੈਕਸਟ ਹੈ ਰੂਲ ਨੰਬਰ 3 ਰੂਲ ਕੀ ਕਹਿੰਦਾ ਹੈ ਕਿ ਕੁਝ ਨਾਉਨ ਹੈ ਵੇ ਦੁੰਦੇ ਜਿੰਦੇ ਵਿੱਚ ਐਸ ਨਹੀਂ ਲੱਗਦਾ ਆਪਾਂ ਦਾ ਬਚਪਨ ਤੋਂ ਇਹ ਪੜਿਆ ਸੀ ਨਾ ਕਿ ਜਿੰਦੇ ਪਿੱਛੇ ਐਸੀਐਸ ਲੱਗਾ ਹੋਏਗਾ ਉਹ ਪਲੂਰਲ ਹੋਏਗਾ ਹੁਣੋ ਕਿੰਦਾ ਹੀ ਨਾ ਪਿੱਛੇ ਐਸੀਐਸ ਕਮੀ ਲੱਗਾ ਇਹ ਫਿਰ ਵੀ ਕੀ ਹੈ ਪਲੂਰਲ ਹੈ ਇਹ ਫਿਰ ਵੀ ਕੀ ਹੈ ਪਲੂਰਲ ਹੈ ਪਹਿਲਾਂ ਆਪਾਂ ਕੀ ਕੈਟਾਗਰੀ ਪੜੀ ਸੀ ਕੁਛ ਨਾਉਨ ਐਵੇ ਦੇ ਆ ਜਿਨ੍ਹਾਂ ਪਿੱਛੇ ਐਸੀਐਸ ਲੱਗਾ ਹੈ ਪਰ ਸਿੰਗੂਲਰ ਹੈ ਹੁਣ ਕੀ ਪੜ ਰਿਹਾ ਕੁਛ ਨਾਉਨ ਐਵੇ ਦੇ ਆ ਜਿਨ੍ਹਾਂ ਲ ਐਸੀਐਸ ਨਹੀਂ ਲੱਗਾ ਫਿਰ ਵੀ ਕੀ ਹੈ ਪਲੂਰਲ ਹੈ ਇਹਦੇ ਵਿੱਚ ਕੀ ਆਜੇਗਾ ਹਾਂਜੀ ਇਹਦੇ ਵਿੱਚ ਕੀ ਆਏਗਾ ਪੀਪਲ ਪਬਲਿਕ ਪੁਲਿਸ ਤੇ ਸੈਂਟਰੀ ਸੈਂਟਰੀ ਮਤਲਬ ਕਿਸਾਨ ਨਾਲ ਰਿਲੇਟਡ ਵੌਲਟਰੀ ਜਿਹੜੀ ਕਿ ਨਾਨ ਵੈਜ ਨਾਲ ਰਿਲੇਟਡ ਜੈਂਟਰੀ ਦੇਖੋ ਜੈਂਟਰੀ ਕੌਣ ਹੁੰਦੀ ਹੈ ਗੈਜਟੇਡ ਆਫੀਸਰ ਜਿਵੇਂ ਕਿ ਤੁਸੀਂ ਮੈਲਾ ਅਫੀਸਰ ਬਣ ਜਾਓਗੇ ਜਾਂ ਤੁਸੀਂ ਗਵਰਨਮੈਂਟ EMPLOYE ਬਣ ਜਾਗੇ ਤੁਸੀਂ ਕੀ ਹੋ ਜਾਓਗੇ ਗੈਜੇਟਡ ਅਫੀਸਰਸ ਹੋ ਜਾਗੇ ਠੀਕ ਹੈ ਇਨਫੈਂਟਰੀ ਇਨਸੈਂਟਰੀ ਮਤਲਬ ਹੁੰਦਾ ਹੈ ਉਹ ਸੈਨਿਕ ਜਿਹੜੇ ਕਿ ਪੈਦਲ ਚੱਲਦੇ ਆ ਪੈਰਾ ਤੇ ਚੱਲਦੇ ਆ ਠੀਕ ਹੈ ਕੈਵਲਰੀ ਉਹ ਸੈਨਿਕ ਜਿਹੜੇ ਕਿ ਕਿੰਦੇ ਚੱਲਦੇ ਆ ਘੋੜੇ ਤੇ ਚੱਲਦੇ ਆ ਠੀਕ ਹੈ ਪਹਿਲੇ ਜਮਾਨੇ ਚ ਹੁੰਦਾ ਠੀਕ ਹੈ ਨਾ ਜੋ ਰਾਜੇ ਮਹਾਰਾਜੇ ਲੜਾਈ ਹੁੰਦੀ ਸੀ ਅੱਧੇ ਹਾਥੀ ਤੇ ਹੁੰਦੇ ਸੀ ਅੱਧੇ ਘੋੜਿਆਂ ਤੇ ਹੁੰਦੇ ਸੀ ਸੈਨਿਕ ਅੱਧੇ ਪੈਦਲ ਹੁੰਦੇ ਸੀ ਉਹਨਾਂ ਦੇ ਬਾਰੇ ਗੱਲ ਕੀਤੀ ਹੁਣ ਤੁਸੀਂ ਅਗਰ ਗੌਰ ਕਰੋਗੇ ਕਿਤੇ ਦਿਨ ਨਾਲ ਵੀ ਐ पर सारे सारे की है प्लूरल सारे सारे की है प्लूरल क्लियर है जी जल्दी दसो हाँ चिल्ड्रन चिल्ड्रन भी की है है प्लूरल चिल्ड्रन चाइल्ड सिंगुलर चिल्ड्रन प्लूरल अगर आर ई एन पा दोगे हो जाएगा प्लूरल जिम्मे की वूमेन मेन है प्लूरल एम ई एन मैन प्लूरल है वुमेन अगर ए एन पाओगे अगर वुमेन पाओगे ਤੇ ਇਹ ਕੀ ਹੈ ਸਿੰਗੂਲਰ ਅਗਰ ਇਹਨੂੰ ਐਵੇਂ ਪਾਓਗੇ ਤੇ ਇਹ ਕੀ ਹੈ ਪਲੂਰਲ ਠੀਕ ਹੈ ਸਭ ਅਜਾ ਗਿਆ ਡਨ ਹਾਂਜੀ ਕਿਸੇ ਕੋਈ ਡਾਊਟ ਪੱਕੀ ਗੱਲ ਹੈ ਹਾਂਜੀ ਕੋਈ ਡਾਊਟ ਹੈ ਸਭ ਅਜਾ ਗਿਆ ਜੀ ਮੈਮ ਡਨ ਮੈਮ ওকে ਚਲੋ ਹਾਂਜੀ ਜਿਵੇਂ ਲੇਖੋ ਕੁਐਸਚਨ ਆਇਆ ਦੀ ਪੀਪਲ ਹੈਵ ਹੈਵ ਸੀਨ ਦੀ ਡਰਾਮੈਟਿਕ ਚੇਂਜ ਲੋਕਾਂ ਨੇ ਬਹੁਤ ਵੱਡਾ ਚੇਂਜ ਦੇਖਿਆ ਹੈਵ ਆਏਗਾ ਜਾਂ ਹੈਵ ਆਏਗਾ है आएगा क्योंकि पीपल की है प्लूरल है पीपल की है प्लूरल है तो प्लूरल है तो इधर नाल की आए है आएगा क्लियर है तो बचा गया चल अगे आ चो कुछ फैमिलीज एवं दी आंदी देखो थोड़ा जा बोरिंग जा टॉपिक है फिर भी तुम याद ही करना पाएगा इनका कोई हल नहीं हैगा हाँ जी की कह रहे हो अच्छा देखो फैमिली कुछ से फैमिली रेवेदियां ਹੁੰਦੀਆਂ ਜਿਹੜੀਆਂ ਕਿ ਹੁੰਦੀ ਹੈ ਸਿੰਗੂਲਰ ਠੀਕ ਹੈ ਕੁਛੇ ਫੈਮਿਲੀ ਰਹਿਮਦੀਆਂ ਹੁੰਦੀਆਂ ਜਿਹੜੀਆਂ ਹਮੇਸ਼ਾ ਕਿ ਰਹਿੰਦੀ ਹੈ ਸਿੰਗੂਲਰ ਸਿੰਗੂਲਰ ਇਹਨੀਆਂ ਮਤਲਬ ਤੁਸੀਂ ਚਾਕੇ ਵੀ ਇਹਨਾਂ ਨਾਲ ਐਸ ਸੀ ਐਸ ਨਹੀਂ ਲਗਾ ਸਕਦੇ ਮਤਲਬ ਤੁਸੀਂ ਇਹਨਾਂ ਨੂੰ ਪਲੂਰਲ ਨਹੀਂ ਬਣਾ ਸਕਦੇ ਹਮੇਸ਼ਾ ਕਿਵੇਂ ਰਹਿੰਦੀਆਂ ਸਿੰਗੂਲਰ ਸਭ ਤੋਂ ਪਹਿਲਾ ਉਹ ਵਰਡ ਜਿਨ੍ਹਾਂ ਵਿੱਚ ਕਿ ਲਿਖਿਆ ਹੁੰਦਾ ਹੈ ਏਜ ਜਿਵੇਂ ਕਿ ਡੈਮੇਜ ਰੈਕੇਜ post it home it luggage bagages, knowledge ticket bracket lineage chika in sare de piche ki likha hoya hai s te e sare sare word ki hai singular tusi inna nu chak ke bhi plural nahi bana sakde hun jinna vich ki likha hunda hai th jive ki health wealth length e sare bhi ki hai singular tusi inna nu bhi plural ਨਹੀਂ ਬਣਾ ਸਕਦੇ ਉਹ ਵਰਸ ਜਿਹਨਾਂ ਪਿੱਛੇ ਕੀ ਲਿਖਿਆ ਹੁੰਦਾ ਹੈ ਆਈ ਐਨ ਜੀ ਜਿਵੇਂ ਕਿ ਪਾਰਕਿੰਗ ਡਰਿੰਕਿੰਗ স্মੋਕਿੰਗ ਠੀਕ ਹੈ ਇਹਨਾਂ ਵਿੱਚ ਦੋ ਐਕਸੈਪਸ਼ਨਸ ਰਾਉਂਡਿੰਗ ਟੇਨਿੰਗ ਇਹਨਾਂ ਨੂੰ ਤੁਸੀਂ ਪਲੂਰਲ ਬਣਾ ਸਕਦੇ ਹੋ ਚਾਹੇ ਇਹਦਾ ਪਿੱਛੇ ਆਈ ਐਨ ਜੀ ਲਿਖਿਆ ਹੈ ਪਰ ਤੁਸੀਂ ਇਹਨਾਂ ਨੂੰ ਪਲੂਰਲ ਬਣਾ ਸਕਦੇ ਹੋ ਠੀਕ ਹੈ ਸਵੱਜ ਆ ਗਿਆ ਠੀਕ ਹੈ ਜਿਵੇਂ ਕਿ ਕੀ ਪਿਅਰ ਸਰਾਉਂਡਿੰਗ ਸਨੀਟ ਐਂਡ ਕਲੀਅਰ ਇਹਦੇ ਪਿੱਛੇ ਕੀ ਲਿਖਿਆ ਹੋਇਆ ਹੈ ਐਫ ਕਲੀਅਰ ਹੈ ਹੁਣ ਤੁਹਾਡੇ एग्जाम ਚ ਕਈ ਵਾਰੀ ਕੁਐਸਚਨ ਆ ਜਾਂਦਾ ਹੈ ਲਾਗੇ ਜੀਸ ਅਥਰ ਕੈਂਡਲਾ ਕਿ ਜੀ ਫਾਰ ਪੈਕਟ ਫਿਰ ਲਗ ਜਿਸ ਨਹੀਂ ਹੋ ਸਕਦਾ ਕਿਉਂਕਿ ਇਹ ਸਿੰਗੂਲਰ ਹੈ ਇਹਦਾ ਪਲੂਰਲ ਨਹੀਂ ਹੋ ਸਕਦਾ ਤੇ ਇਹਦੇ ਨਾਲ ਆਰ ਵੀ ਨਹੀਂ ਆਏਗਾ ਕੀ ਆਏਗਾ ਐਸ ਕਲੀਅਰ ਹੈ ਸਭ ਅਜਾ ਗਿਆ ਡਨ ਚਲੋ ਨੈਕਸਟ ਚਿੰਦੇ ਵਿੱਚ i n t a n t i l ਕਿავ ਜੀ ਇਕਪਮੈਂਟ ਮੈਰੀਮੈਂਟ ਮੈਜ਼ਰਮੈਂਟ ਡੀਰ ਡ੍ਰੈਟ ਇਹਨਾਂ ਸਾਰਿਆਂ ਦੇ ਇਹ ਸਾਰੇ ਸਾਰੇ ਕੀ ਹੈ ਸਿੰਗੂਲਰ ਉਹ ਵਰਡ ਜਿਨ੍ਹਾਂ ਵਿੱਚ ਕੀ ਲਿਖਿਆ ਹੋਵੇ ਈ ਆਰ ਵਾਈ ਮੈਂ ਕੱਲ ਵੀ ਕਰਵਾਇਆ ਸੀ ਜੁਐਲਰੀ ਕਰਵਾਇਆ ਸੀ ਨਾ ਪੋਇਟਰੀ ਸਿਨਰੀ ਇਮੇਜਰੀ ਇਹਨਾਂ ਸਾਰਿਆਂ ਵਿੱਚ ਕੀ ਲੱਗਾ ਹੈ ਆਰ ਵਾਈ ਤੇ ਇਹ ਸਾਰੇ ਸਾਰੇ ਕੀ ਹੈ ਸਿੰਗੂਲਰ ਤੁਸੀਂ ਇਹਨਾਂ ਨੂੰ ਪਲੂਰਲ ਨਹੀਂ ਬਣਾ ਸਕਦੇ ਮੈਂ ਕੱਲ ਵੀ ਕਿਹਾ ਸੀ ਪੋਇਟਰੀ ਨਹੀਂ ਹੁੰਦਾ ਇਗਜ਼ਾਮ ਚ ਲਿਖਿਆ ਹੈ ਪੋਇਟਰੀ ਨਹੀਂ ਹੁੰਦਾ ਜੁਐਲਰੀ ਨਹੀਂ ਹੁੰਦਾ ਇਗਜ਼ਾਮ ਚ ਲਿਖਿਆ ਹੁੰਦਾ ਹੈ ਜੁਐਲਰੀ ਇਹ ਵੀ ਗਲਤ ਹੈ ਇਗਜ਼ਾਮ ਚ ਲਿਖਿਆ ਹੁੰਦਾ ਹੈ ਸਿਨਰੀ सिनरीज भी नहीं होंगे क्लियर है समझ आ गया हाँ जी अगर इतों तक किसी कोई डाउट है तो दसो नहीं तो अगर चलिए गुड आफ्टरनून मैम हम स्टूडेंट हाँ जी पी एस एड पेपर लिए क्लास है हाँ जी बच्चे पी के पेपर लिए क्लास है हाँ जी ऑनलाइन वालों डन है आगे चलिए हाँ जी ऑफलाइन वालों डन समझ आ गया अच्छा आज जोडी क्लास है 6:30 4:00 बजे उंदे जिन्ने ਵੀ ਕੁਐਸਚਨ ਕਰਾਉਂਗੀ ਉਹਦੀ ਤੁਹਾਨੂੰ ਪੀਡੀਐਫ ਮਿਲ ਜੇਗੀ ਠੀਕ ਹੈ ਤੁਹਾਨੂੰ ਉਹਦੀ ਪੀਡੀਐਫ ਮਿਲ ਜੇਗੀ ਤੁਸੀਂ ਸਾਰੇ ਜਨੀਆਂ ਨੇ ਉंदे ਨੋਟਸ ਬਣਾਨੇ ਸ਼ੁਰੂ ਕਰਦੋ ਆਪਣੇ ਬਾਅਦ ਵਿੱਚ ਪੇਪਰ 'ਚ ਟਾਈਮ ਨਹੀਂ ਮਿਲੇਗਾ ਜਦੋਂ ਪੇਪਰ ਆ ਜਾਂਦਾ ਇੰਨਾ ਸਿਲੇਬਸ ਇਕੱਠਾ ਹੋ ਜਾਂਦਾ ਆਪਣੀ ਨੋਟਬੁੱਕ ਹੋਣੀ ਬਣਾਣੀ ਸ਼ੁਰੂ ਕਰਦੋ ਜਿੰਨੇ ਕੁਐਸਚਨਸ ਕਰਵਾਉਂਗੀ ਦੇਖੋ ਜ਼ਿਆਦਾ ਤਾਂ ਕਰਵਾਉਂਗੀ ਵੀ ਨਹੀਂ 20 ਕਾ ਕੁਐਸਚਨ ਕਰਵਾਉਂਗੀ 20 ਕੁਐਸਚਨ ਮੈਨੂੰ ਨਹੀਂ ਲੱਗਦਾ ਜ਼ਿਆਦਾ ਹੁੰਦੇ ਆ 20 ਵੀ ਮੈਂ ਜ਼ਿਆਦਾ ਹੀ ਕਹਤੇ ਪਤਾ ਨਹੀਂ ਇੰਨੇ ਹੋਣਗੇ ਵੀ ਆ ਨਹੀਂ ਹੋਣਗੇ ਜਿੰਨੇ ਕੁਐਸਚਨ ਕਰ ਤੁਸੀਂ ਸਾਰੇ ਆਰੇ ਆਪਣੀ ਨੋਟਬੁੱਕ ਤੇ ਉਹ ਲਿਖ ਕੇ ਲਿਆਵੋ। ਮੈਂ ਕੱਲ ਤੁਹਾਡੀ ਨੋਟਬੁੱਕ ਚੈੱਕ ਕਰਨੀ ਹੈ। ਮੈਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਸੀਰੀਅਸਲੀ ਲੈ ਵੀ ਰਹੇ ਹੋ ਜਾਂ ਨਹੀਂ। ਮੈਂ ਫਾਲਤੂ ਚ ਪਕਾਈ ਕਰ ਰਹੀ। ਜਦ ਆਗੀ ਸਭ ਦੀ ਨੋਟਬੁੱਕ ਤੇ ਕੁਐਸਚਨਸ ਲਿਖੇ ਹੋਣੇ ਚਾਹੀਦੇ ਆ। ਜੇ ਨਾ ਕਹਿਣਾ ਕਿ ਮੈਂਨੇ ਕਲਾਸ ਵਿੱਚ ਦੰਡੇ। ਚਲੋ ਨੈਕਸਟ ਚਾਜੋ। ਹਾਂਜੀ। ਇਹ ਜਿਹੜੇ ਬੱਚਾ ਨਹੀਂ ਪਤਾ ਉਹਨਾਂ ਦੱਸ ਦੇ ਲਈ ਅੱਜ ਤੁਹਾਡੀ ਲੈਂਗੁਏਜ ਐਕ્ਵਿਜ਼ੀਸ਼ਨ ਤੇ ਲਰਨਿੰਗ ਦੀ ਕਲਾਸ ਹੈ ਕਿੰਨੇ ਵਜੇ 4:15 ਤੇ ਜਿਸ ਕੈਂ ਦੇ ਵਿੱਚ ਆਪਾਂ ਐਮਸੀਕਿਊਜ਼ ਕਰਾਂਗੇ ਲੈਂਗੁਏਜ ਲਰਨਿੰਗ ਤੇ ਐਕ્ਵਿਜ਼ੀਸ਼ਨ ਦੇ ਮੋਸਟ ਮੋਸਟ ਇੰਪੋਰਟੈਂਟ ਚੈਪਟਰ ਹੈ ਤੁਹਾਡੀ ਇੰਗਲਿਸ਼ ਪੈਡਾਗੋਜੀ ਦਾ हां पीडीएफ ਜਿਹੜੀ ਪੇਚਾਣੀ ਹੁੰਦੇ ਤੋ ਕੁਐਸਚਨਸ ਆਪ ਤਾਦ ਲੈਣਾ ਠੀਕ ਹੈ ਕਿਉਂਕਿ ਦੇਖੋ ਜਿਹੜੀ ਪੀਡੀਐਫ ਉੱਥੇ ਪਈ ਹੈ ਟੈਲੀਗ੍ਰਾਮ ਚ ਉੱਥੇ ਹੀ ਰਹਿ ਜੇਗੀ ਮੈਨੂੰ ਪਤਾ ਕੋਈ ਨਹੀਂ ਖੱਡੇਗਾ ਤੇ ਬੈਟਰ ਹੈ ਕਿ ਤੁਸੀਂ ਆਪਣੇ ਹੱਥਾਂ ਨਾਲ ਲਿਖਦੇ ਜਾਓ ਡੇਲੀ ਦੇ 15 ਕੁਐਸਚਨ ਲਿਖੋਗੇ ਕੋਈ ਜ਼ਿਆਦਾ ਟਾਈਮ ਨਹੀਂ ਲੱਗੇਗਾ ਕੁਐਸਚਨਸ ਲਿਖਦੇ ਜਾਓ ਆਪਣੇ ਨੋਟਸ ਬਣਾਉਂਦੇ ਜਾਓ ਕਿਉਂਕਿ ਜਦੋਂ ਪੇਪਰ ਹੋਏਗਾ ਨਾ ਜੋ ਡਿਟੇਲਿੰਗ ਮੈਂ ਨਾਲ-ਨਾਲ ਦੱਸਦੀ ਜਾਵਾਂਗੀ ਉਹਨੂੰ ਆਪਣੀ ਨੋਟਬੁੱਕ ਤੇ ਨੋਟ ਕਰਦੇ ਜਾਓ ਠੀਕ ਹੈ ਉਹ ਪੇਪਰ 'ਚ ਬਹੁਤ ਹੈਲਪ ਕਰੇਗੀ ਤੁਹਾਨੂੰ ਉਹਦੇ ਨਾਲ ਹੀ ਤੁਹਾਡਾ ਚੈਪਟਰ ਹੋ ਜਾਏ ਜੋ ਵੀ ਕੀ ਪੁਆਇੰਟਸ ਹੋਣਗੇ ਮੇਨ ਮੇਨ ਪੁਆਇੰਟਸ ਹੋਣਗੇ ਕੁਐਸਚਨ ਦੇ ਬੇਸ ਤੇ ਮੈਂ ਉੱਥੇ ਹੀ ਦੱਸਦੀ ਜਾਊਂਗੀ ਕਿ ਆ ਲਾਈਨ ਦਾ ਆ ਮਤਲਬ ਹੈ ਇਹਦਾ ਆ ਮਤਲਬ ਹੈ ਲੈਂਗੁਏਜ ਦਾ ਮਤਲਬ ਇਹ ਹੁੰਦਾ ਹੈ ਲਰਨਿੰਗ ਦਾ ਮਤਲਬ ਇਹ ਹੈ ਐਕ્וויਜੀਸ਼ਨ ਦਾ ਮਤਲਬ ਇਹ ਹੈ ਜੋ ਮੈਂ ਬੋਲਾਂ ਆਪਣੀ ਪੰਜਾਬੀ ਲੈਂਗੁਏਜ 'ਚ ਲਿਖਦੇ ਜਾਣਾ ਕੋਈ ਜ਼ਰੂਰੀ ਨਹੀਂ ਅੰਗਰੇਜ਼ 'ਚ ਨਹੀਂ ਬੰਨਣਾ ਇੰਗਲਿਸ਼ 'ਚ ਨਹੀਂ ਲਿਖਣਾ ਆਪਣੀ ਪੰਜਾਬੀ ਲੈਂਗੁਏਜ 'ਚ फटाफट ਜੋ ਸਮਝ ਆਏ ਲਿਖਦੇ ਜਾਣਾ ਉਹੀ ਚੀਜ਼ ਤੁਹਾਨੂੰ ਪੇਪਰ 'ਚ ਬਹੁਤ ਹੈਲਪ ਕਰੇਗੀ ਠੀਕ ਹੈ ਹਾਂਜੀ ਹੁਣ ਆ ਜੋ ਨੈਕਸਟ ਚੈਪਟਰ ਤੇ ਪਰਣਾਓ ਦੇਖੋ ਬਹੁਤ ਡੀਟੇਲ ਨਹੀਂ ਕਰਾਉਂਗੀ ਨਾਉਨ ਦੀ ਜਿੰਨਾ ਮੇਨ ਸੀਗਾ ਕਰਵਾਤਾ ਹੁਣ ਚਲਦੇ ਆ ਨੈਕਸਟ ਚੈਪਟਰ ਤੇ ਚਿਕਾ ਨੈਕਸਟ ਚੈਪਟਰ ਹੈ ਤੁਹਾਡਾ ਪਰਣਾਓ ਚਲੋ ਬਹੁਤ ਅੱਛੇ ਅਗਰ ਸਮਝ ਆਇਆ ਤਾਂ ਬੱਚੇ ਸਰਾਉਂਡਿੰਗ ਜਿਹੜਾ ਉਹ ਪਲੂਰਲ ਹੈ ਚਿਕਾ ਸਰਾਉਂਡਿੰਗ ਸੇ ਨਾਲ ਆਈ ਐਨ ਜੀ ਲੱਗਦਾ ਪਰ ਐਸ ਲੱਗ ਸਕਦਾ ਹੈ ਪਰ ਜਿਹੜੇ ਦੂਸਰੇ ਆਈ ਐਨ ਜੀ ਵੜਾ ਜਿਵੇਂ ਡਰਿੰਕਿੰਗ ਪਾਰਕਿੰਗ ਇਹਨਾਂ ਨਾਲ ਐਸ ਨਹੀਂ ਲੱਗ ਸਕਦਾ ਪਾਰਕਿੰਗਸ ਨਹੀਂ ਹੁੰਦਾ ਡਰਿੰਕਿੰਗਸ ਨਹੀਂ ਹੁੰਦਾ ਜਿਕੇ ਜਿਵੇਂ ਇਨਿੰਗਸ ਹੈ ਤੁਸੀਂ ਮੈਚ ਵੇਖਦੇ ਹੋਗੇ ਇਨਿੰਗਸ ਕੀ ਹੈ ਸਿੰਗੂਲਰ ਹੈ ਅਗਰ ਤੁਸੀਂ ਇਹਦਾ ਪਲੂਰਲ ਬਣਾਣਾ ਹੈ ਤਾਂ ਤੁਸੀਂ ਕਿਵੇਂ ਬਣਾਓਗੇ ਅਗਰ ਤੁਸੀਂ ਇਹਦਾ ਪਲੂਰਲ ਬਣਾਣਾ ਹੈ ਤਾਂ ਕਿਵੇਂ ਬਣਾਓਗੇ ਇਨਿੰਗਸ ਜਿਕੇ ਇਹਦਾ ਪਲੂਰਲ ਹੈ ਹਾਂਜੀ ਆਪ ਪੁਲਿਸਮੈਨ ਹਾਂ ਪੁਲਿਸ ਦੇਖੋ ਜੇ ਅਗਰ ਉਹ ਉਹਨੇ ਪੁਲਿਸ ਮੈਂ ਕਹਤਾ ਨਾ ਜਿਹੜਾ ਪੁਲਿਸ ਹੈ ਉਹਦਾ ਕੀ ਬਣ ਗਈ ਉਹਦੀ ਕੁਆਲਿਟੀ ਬਣ ਗਈ ਉਹਨੇ ਮੈਂ ਨਾ 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 ਹੁੰਦੇ ਠੀਕ ਹੈ ਉਹ ਜਦੋਂ ਤੁਹਾਨੂੰ ਅਬਜੈਕਟਿਵ ਕਰਾਉਂਗੀ ਨਾ ਉਹਦਾ ਸਮਝਾਵਾਂ ਠੀਕ ਹੈ ਹਾਂ ਜੀ ਆ ਜਾਓ ਹੁਣ ਇਹਦੇ ਤੇ ਇੱਕ ਪ੍ਰਨਾਉਨ ਪ੍ਰਨਾਉਨ ਕੀ ਹੁੰਦੇ ਆ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਉਹ ਵਰਡਸ ਜਿਹੜੇ ਕਿ ਨਾਉਨ ਨੂੰ ਕੀ ਕਰਨ ਰਿਪਲੇਸ ਕਰਨ ਉਹ ਵਰਡ ਜਿਹੜੇ ਕਿ ਨੂੰ ਰਿਪਲੇਸ ਕਰਨ ਨਾਉਨ ਨੂੰ ਠੀਕ ਹੈ ਅਵਰਡ ਵਿਚ ਰਿਪਲੇਸ ਇਸ ਨਾਉ ਟੂ ਅਵੋਇਡ ਇਟਸ ਰੈਪੀਟੀਸ਼ਨ ਇੰਗਲਿਸ਼ ਕਹਿੰਦੀ ਹੈ ਕਿ ਜਦੋਂ ਤੁਸੀਂ ਇੱਕ ਵਾਰੀ ਕਿਸੇ ਨਾਉਨ ਦਾ ਨਾਮ ਲੈ ਲਿਆ ਜਿਵੇਂ ਮੰਨ ਲਓ ਮੈਂ ਤੁਹਾਨੂੰ ਕਿਸੇ ਰਾਜਾ ਦੀ ਸਟੋਰੀ ਸੁਣਾ ਰਹੀ ਹਾਂ ਮੈਂ ਤਾਂ ਕਹਿ ਰਹੀ ਆ ਵਾਂਸ ਅਪੋਨ ਅ ਟਾਈਮ ਥੇਅਰ ਇਜ਼ ਅ ਕਿੰਗ ਠੀਕ ਹੈ ਹੁਣ ਜਦੋਂ ਮੈਂ ਇੱਕ ਵਾਰੀ ਉਹਦਾ ਨਾਮ ਯੂਜ਼ ਕਰ ਲਿਆ ਨਾ ਹੁਣ ਮੈਂ ਅਗਲੀ ਵਾਰੀ ਕਿੰਗ 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 ਨਹੀਂ ਕਰਾਂਗੀ ਮੈਂ ਤਾਂ ਲਈ ਕੀ ਯੂਜ਼ ਕਰਾਂਗੀ ਹੀ ਨਾਲੇ ਕੀ ਯੂਜ਼ ਕਰਾਂਗੀ ਇੰਗਲਿਸ਼ ਕਹਿੰਦੀ ਹੈ ਕਿ ਤੁਸੀਂ ਕਦੇ ਵੀ ਕਿਸੇ ਨਾਉਨ ਨੂੰ ਰਿਪੀਟ ਨਹੀਂ ਕਰਨਾ ਅਗਰ ਇੱਕ ਵਾਰੀ ਤੁਸੀਂ ਉਹਨੂੰ ਇੰਟਰੋਡਿਊਸ ਕਰਤਾ ਅਗਲੀ ਵਾਰੀ ਤੁਸੀਂ ਉਹਦੇ ਲਈ ਕੀ ਯੂਜ਼ ਕਰਨਾ ਹੈ ਪ੍ਰੋਨਾਉਨ ਕਲੀਅਰ ਹੈ ਪ੍ਰੋਨਾਉਨ ਦੀ ਸਭ ਤੋਂ ਪਹਿਲੀ ਕੈਟਾਗਰੀ ਹੈ ਪਰਸਨਲ ਪ੍ਰੋਨਾਉਨ ਪ੍ਰੋਨਾਉਨ ਦੀ ਸਭ ਤੋਂ ਪਹਿਲੀ ਕੈਟਾਗਰੀ ਕੀ ਹੈ ਪਰਸਨਲ ਪ੍ਰੋਨਾਉਨ ਦੇਖੋ ਪਰਸਨਲ ਕੀ ਹੁੰਦਾ ਹੈ ਪਰਸਨਲ ਕੀ ਹੁੰਦਾ ਹੈ ਮੈਂ ਕਹਾਂ ਕਿ ਮੇਰਾ ਪਰਸਨਲ ਫੋਨ ਹੈ ਕੀ ਮਤਲਬ ਹੈ ਪਰਸਨਲ ਦਾ ਕੀ ਮਤਲਬ ਹੈ ਕੀ ਮਤਲਬ ਉਹ ਚੀਜ਼ ਆਪਾਂ ਨਹੀਂ ਹੈ ਪਰਸਨਲ ਮਤਲਬ ਜੇਦੋਂ ਕੋਈ ਚੀਜ਼ ਕਿਸੇ ਪਰਸਨਲ ਰਿਲੇਟਡ ਹੁੰਦੀ ਹੈ ਤਾਂ ਪਰਸਨਲ ਜਿਹੜਾ ਕੀ ਕਿਸੇ ਇਨਸਾਨ ਨਾਲ ਰਿਲੇਟ ਕਰੇ ਉਹਨੇ ਸਾਰੇ ਸਾਰੇ ਕੀ ਹੈ ਪਰਸਨਲ ਪ੍ਰੋਨਾਉਨ ਹੈ ਸਾਰੇ ਸਾਰੇ ਕੀ ਹੈ ਪਰਸਨਲ ਪ੍ਰੋਨਾਉਨ ਹੈ ਹਾਂਜੀ ਮੈਨੂੰ ਇਹ ਦੱਸੋ ਤੁਹਾਡੇ ਟੇਬਲ ਵਿਜ਼ੀਬਲ ਹੈ ਔਨਲਾਈਨ ਵਾਲੋ ਟੇਬਲ ਵਿਜ਼ੀਬਲ ਹੈ ਟੇਬਲ ਵਿਜ਼ੀਬਲ ਹੈ ਜਾਂ ਨਹੀਂ ਹੁਣ ਦੇਖੋ ਪਰਸਨਲ ਪ੍ਰੋਨਾਉਨ ਤੇ ਇੰਤਰਾਹ ਜੁਂਦੀ ਹੈ ਸਬਜੈਕਟਿਵ ਕੇਸ ਠੀਕ ਹੈ

कि मैं वे कह सकती हां नहीं कह सकती क्यों क्यों मैं थे मी क्यों नहीं कह सकती क्यों नहीं कह सकती क्योंकि मी इथे की है सब्जेक्ट है तो मी ਨੂੰ ਸਬਜੈਕਟ ਚ ਯੂਜ਼ ਨਹੀਂ ਕੀਤਾ ਜਾਂਦਾ ਉਹਨੂੰ ਕਿਹਦੇ ਚ ਯੂਜ਼ ਕੀਤਾ ਜਾਂਦਾ ਹੈ ਉਹ ਆਬਜੈਕਟ ਚ ਯੂਜ਼ ਕੀਤਾ ਜਾਂਦਾ ਹੈ ਗਲਤ ਸਮਝ ਆ ਗਈ ਠੀਕ ਹੈ ਅਗਰ ਮੈਂ ਕਹਾਂ ਦਿਸ ਇਜ਼ ਮੀ ਪੈਨ ਦਿਸ ਇਜ਼ ਮੀ ਪੈਨ ਠੀਕ ਹੈ ਨਹੀਂ ਕਿਉਂ ਕਿ ਮੈਂ ਕੀ ਦੱਸਣਾ ਹੈ ਪੋਜੈਸ਼ਨ ਦੱਸਣਾ ਕਿ ਇਹ ਮੇਰਾ ਪੈਨ ਹੈ ਤਾਂ ਮੈਂ ਕੀ ਲਗਾਵਾਂਗੀ ਮਾਈ मैं क्या लगावगी माय यही डिफरेंस है आई ले की यूज होएगा आए माए मी ठीक है वी आवा अस यू 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 ठीक है ही हिम हिम शी हर हर इट इट्स इट दे दे आ देम कल समझ आ गई देखो मैं बोल रही हूँ मैं कौन आई आप सारे मिलके बोलिए आप कौन आ गई जो तो एक बंदा हों तो की बोलते हैं आई जो तो बहुत सारे जने होंगे तो की बोलते हैं वी मैं बोल रही हूँ तीन सुन रहे हो तुम कौन हो यू ती कौन हो यू हम देखो यू सिंगुलर भी होंगे प्लोरल भी होंगे जिम्मे की मैं कह आई एम टॉकिंग टू यू अगर मैं एक बच्चे में गल कर रही हूँ मैं कहूंगी आई एम टॉकिंग टू यू अगर मैं सारे गल कर रही हूं तब भी मैं की कहंगी आई एम टॉकिंग टू यू समझ आ गई यू एक बंद गल कर ਯੂ ਸਾਰੇ ਬੰਦਿਆਂ ਦੀ ਵੀ ਗੱਲ ਕਰਦਾ ਹੈ ਪਰ ਯੂ ਦੇ ਨਾਲ ਜਿਹੜੀ ਹੈਲਪਿੰਗ ਵਰਬ ਹੈ ਹਮੇਸ਼ਾ ਕੀ ਲੱਗਦੀ ਹੈ ਪਲੂਰਲ ਹੈਲਪਿੰਗ ਵਰਬ ਲੱਗਦੀ ਹੈ ਆਈ ਦੇ ਨਾਲ ਕੀ ਲੱਗਦੀ ਹੈ ਸਿੰਗੂਲਰ ਹੈਲਪਿੰਗ ਵਰਬ ਲੱਗਦੀ ਹੈ ਵੀ ਦੇ ਨਾਲ ਕੀ ਹੈ ਪਲੂਰਲ ਹੈਲਪਿੰਗ ਵਰਬ ਲੱਗਦੀ ਹੈ ਹੀ ਦੇ ਨਾਲ ਸਿੰਗੂਲਰ ਹਾਂਜੀ ਹੀ ਕਿੰਦੀ ਗੱਲ ਕਰਦਾ ਹੈ ਮੇਲ ਦੀ ਠੀਕ ਹੈ ਉਸ ਤੋਂ ਬਾਅਦ ਸ਼ੀ ਕਿੰਦੀ ਗੱਲ ਕਰਦਾ ਹੈ ਫੀਮੇਲ ਦੀ ਸ਼ੀ ਦੇ ਨਾਲ ਵੀ ਸਿੰਗੂਲਰ ਹੈਲਪਿੰਗ ਵਰਬ ਲੱਗਦੀ ਹੈ ਇਟ ਕਿੰਦੀ ਗੱਲ ਕਰਦਾ ਅੱਗੇ ਜਾ ਕੇ ਦੇਖਾਂਗੇ ਇਟ ਕਿੰਦੀ ਗੱਲ ਕਰਦਾ ਹੈ ਚਿਕਦੇ ਦੇ ਮਤਲਬ प्लूरल देखਿੰਦਾ ਪਲੂਰਲ ਹੋਏਗਾ ਫੀ ਸ਼ੀ ਇਟ ਇਹ ਤਿੰਨਾਂ ਦਾ ਪਲੂਰਲ ਕੋਨ ਹੋਏਗਾ ਦੇ ਇਹਨਾਂ ਤਿੰਨਾਂ ਦਾ ਪਲੂਰਲ ਕੋਨ ਹੋਏਗਾ ਦੇ ਗੱਲ ਸਮਝ ਆ ਗਈ ਠੀਕ ਹੈ ਅੱਛਾ ਇੱਕ ਚੀਜ਼ ਬੜੇ ਧਿਆਨ ਕੇ ਸਮਝਣਾ ਜਿਹੜਾ ਆਈ ਹੈ ਵੈਸੇ ਤਾਂ ਆਈ ਕੀ ਹੁੰਦਾ ਸਿੰਗੂਲਰ ਹੁੰਦਾ ਪਰ ਦੋ ਟੈਂਸਿਸ ਛੱਡ ਕੇ ਦੋ ਟੈਂਸਿਸ ਛੱਡ ਕੇ ਆਈ ਇੱਕ ਪ੍ਰੈਜ਼ੈਂਟ ਇਨਡੈਫਿਨਿਟ ਤੇ ਇੱਕ ਪ੍ਰੈਜ਼ੈਂਟ ਪਰਫੈਕਟ ਇਹਨਾਂ ਦੋਨਾਂ ਵਿੱਚ ਆਈ ਕੀ ਹੁੰਦਾ ਪਲੂਰਲ ਇਹਨਾਂ ਦੋਨਾਂ ਵਿੱਚ ਆਈ ਕੀ ਹੁੰਦਾ ਪਲੂਰਲ ਆਪਾਂ ਕੀ ਬੋਲਦੇ ਆ ਆਈ డు ਆਪਾਂ ਆਇਡ ਡਸ ਨਹੀਂ ਬੋਲਦੇ ਆਪਾਂ ਕੀ ਬੋਲਦੇ ਆ ਆਈ ਹੈਵ ਆਪਾਂ ਆਈ ਹੈਵ ਨਹੀਂ ਬੋਲਦੇ ਕਿਉਂਕਿ ਪ੍ਰੈਜ਼ੈਂਟ ਪਰਫੈਕਟ ਤੇ ਪ੍ਰੈਜ਼ੈਂਟ ਇਨਡੈਫਿਨਿਟਿਵ ਐਸੇ ਤਾਂ ਜਦੋਂ ਮੈਂ ਤੁਹਾਨੂੰ ਟੈਂਸ ਕਰਵਾਵਾਂਗੀ ਉਹਦੇ ਚ ਸਮਝਾਵਾਂਗੀ ਪਰ ਹੱਦ ਲਈ ਮੈਂ ਤੁਹਾਨੂੰ ਦੱਸ ਦੇਣੀ ਆ ਕਿ ਪ੍ਰੈਜ਼ੈਂਟ ਇਨਡੈਫਿਨਿਟ ਤੇ ਪ੍ਰੈਜ਼ੈਂਟ ਪਰਫੈਕਟ ਚ ਆਈ ਕੀ ਹੁੰਦਾ ਹੈ ਪਲੂਰਲ ਬਾਕੀ ਸਾਰੇ ਚ ਆਈ ਕੀ ਹੁੰਦਾ ਹੈ ਸਿੰਗੂਲਰ ਬੋਲੋ ਆਪਾਂ ਆਈ ਦੇ ਨਾਲ ਕੀ ਲਗਾਣੇ ਆ ਵਾਸ ਕਿਉਂਕਿ ਆਈ ਬਾਕੀਆਂ ਚ ਕੀ ਹੁੰਦਾ ਹੈ ਸਿੰਗੂਲਰ ਕਲੀਅਰ ਹੈ ਸਮਝ ਆਇਆ ਜਾਂ ਨਹੀਂ ਜਲਦੀ ਦੱਸੋ ਹਾਂਜੀ ਬੱਚੋ ਤੁਹਮਝ ਆਇਆ ਕਿ ਨਹੀਂ ਜਲਦੀ ਹੀ ਡਨ ਕਰੋ ਅਗਰ ਤੁਮਝ ਆ ਗਿਆ ਤਾਂ ਅੱਜ ਦੀ ਕਲਾਸ ਇੱਥੇ ਹੀ ਓਵਰ ਕਰਾਂਗੇ ਬਾਕੀ ਆਪਾਂ ਕੱਲ ਦੀ ਕਲਾਸ ਚ ਕਰਾਂਗੇ ਜਲਦੀ ਦੱਸੋ ਸਮਝ ਆ ਗਿਆ ਹਾਂਜੀ ਦੇਖੋ ਮੈਂ ਬਾਰ ਬਾਰ ਕਹਿ ਰਹੀ ਹਾਂ ਤੁਹਾਡੀ ਸ਼ਾਮੀ ਜਰੀ ਸਵਾਚਾਰ ਵਿੱਚ ਕਲਾਸ ਹੈ ਸਾਰੇ ਬੱਚੇ ਜ਼ਰੂਰ ਲਗਾ ਲੈਣਾ ਉਹਦੇ ਨੋਟਸ ਬਣਾਉਂਦੇ ਚਾਓ ਮੈਂ ਦੁਬਾਰਾ ਉਹ ਕੁਐਸਚਨਸ ਨਹੀਂ ਕਰਵਾਣੇ ਕਲੀਅਰ ਹੈ ਸਤ ਸ਼ਾਮੀ ਮਿਲਦੀ ਆ ਸਵਾ 4 ਵਜੇ ਤੁਹਾਡੀ ਸਾਰਿਆਂ ਦੀ ਕੱਲ ਨੋਟਬੁੱਕ ਚੈੱਕ ਹੋਏਗੀ ਆਪਣੇ ਨੋਟਸ ਬਣਾ ਕੇ ਆਉਣਾ ਹਾਂਜੀ ਆਈ ਹੋਪ ਤੁਹਾਨੂੰ ਕਲਾਸ ਵਧੀਆ ਲੱਗੀ ਹੋਈਗੀ ਕਲਾਸ ਵਧੀਆ ਲੱਗੀ ਹੈ ਤਾਂ ਕਲਾਸ ਨੂੰ ਪਲੀਜ਼ ਲਾਈਕ ਕਰਕੇ ਜਾਣਾ ਆਪਣੇ ਫਰੈਂਡਸ ਨਾਲ ਸ਼ੇਅਰ ਕਰ ਦੇਣਾ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਥੈਂਕ ਯੂ ਸੋ ਮੱਚ ਬਾਏ ਬਾਏ ਟੇਕ ਕੇਅਰ